ਵੱਖ ਵਿਭਾਗਾਂ ਦੇ ਵਿੱਚ ਨੌਕਰੀਆਂ ਮਿਲ ਰਹੀਆਂ ਨੇ, ਅੱਜ ਤੋਂ ਨਿਯੁਕਤੀ ਪੱਤਰ ਤੁਹਾਨੂੰ ਮਿਲ ਰਿਹਾ। ਇਸ ਖੁਸ਼ੀ ਦੇ ਮੌਕੇ ਤੇ ਮੈਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝ ਰਿਹਾ ਕਿ ਮੈਂ ਇਸ ਪਰਿਵਾਰ ਦਾ ਮੁਖੀਆ ਦੇ ਤੌਰ ਤੇ ਤੁਹਾਡੇ ਕੋਲ ਖੜਾ। ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਕੈਬਨਿਟ ਦੇ ਸਾਥੀ, ਵਿੱਤ ਮੰਤਰੀ ਪੰਜਾਬ ਹਰਪਾਲ ਚੀਮਾ ਜੀ, ਮੇਰੇ ਛੋਟੇ ਭਰਾ, ਮੇਰੇ ਕੈਬਨਿਟ ਦੇ ਸਾਥੀ ਹਰਜੋਤ ਬੈਂਸ ਜੀ, ਸਪੈਸ਼ਲ ਚੀਫ ਸੈਕਟਰੀ ਟੂ ਸੀ ਐਮ ਵੀ ਕੇ ਸਿੰਘ ਜੀ, ਸਾਡੇ ਐਜੂਕੇਸ਼ਨ ਨਾਲ ਸੰਬੰਧਿਤ ਸੈਕਟਰੀ ਸਾਹਿਬ, ਸਾਹਮਣੇ ਬੈਠੇ ਮੇਰੇ ਬੈਠੇ ਸਾਰੇ ਆਫਿਸਰ ਸਾਹਿਬਾਨ, ਮੈਂ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ। ਤੁਸੀਂ ਸ਼ਾਇਦ ਇਸੇ ਹਾਲ ਚੋਂ ਘਰੇ ਬੈਠੇ ਟੀ ਵੀ 'ਤੇ ਮੈਨੂੰ ਕਈ ਵਾਰ ਬੋਲਦੇ ਦੇਖਿਆ ਹੋਣਾ, ਅਤੇ ਤੁਸੀਂ ਸੋਚਿਆ ਹੋਣਾ ਇਸ ਹਾਲ 'ਚ ਸਾਡੀ ਵਾਰੀ ਕਦੋਂ ਆਊਗੀ। ਜਿਵੇਂ ਹੁਣ ਸਰਬਜੀਤ ਨੇ ਕਿਹਾ ਕਿ ਜੀ ਨੇੜਿਓਂ ਦੇਖਣ ਦਾ ਮੌਕਾ ਪਹਿਲੀ ਵਾਰ ਮਿਲ ਗਿਆ, ਅਤੇ ਨੇੜੇ ਹੀ ਰਹਿਣਾ ਬਸ। ਪਹਿਲਾਂ ਵਾਲੀਆਂ ਦੂਰੀਆਂ ਜਿਹੜੀਆਂ ਸੀ ਉਹਨਾਂ ਦਾ ਆਪਾਂ ਬਹੁਤ ਵੱਡੇ ਖਮਿਆਜੇ ਭੁਗਤ ਰਹੇ ਹਾਂ। ਪਹਿਲਾਂ ਦੂਰ ਰਹੇ, ਬਹੁਤ ਵੱਡਾ ਪਾੜਾ ਪੈ ਗਿਆ ਸੀ ਡਿਸੀਜ਼ਨ ਮੇਕਰਸ ਦਾ, ਯਾਨੀ ਕਿ ਲੀਡਰਾਂ ਦਾ ਅਤੇ ਫੈਸਲੇ ਲੈਣ ਵਾਲਿਆਂ ਦਾ, ਸਰਕਾਰਾਂ ਦਾ ਅਤੇ ਲੋਕਾਂ ਦਾ, ਮਿਲ ਹੀ ਨਹੀਂ ਸਕਦੇ ਸੀ ਆਪਸ 'ਚ। ਅਸੀਂ ਇਹ ਪਾੜਾ ਤੋੜਿਆ, ਅਸੀਂ ਵਿੱਚੋਂ ਵਿਚੋਲੀਏ ਕੱਢੇ, ਅਸੀਂ ਵਿੱਚੋਂ ਏਜੰਟ ਕੱਢੇ, ਤਾਂ ਕਰਕੇ ਅੱਖ ਨਾਲ ਅੱਖ ਜਦੋਂ ਮਿਲੀ ਤਾਂ ਪਤਾ ਲੱਗਿਆ ਲੋਕ ਤਾਂ ਇੰਨੇ ਮਿਹਨਤੀ ਨੇ, ਇਹ ਕਦੋਂ ਜਾਣ ਨੂੰ ਫਿਰਦੇ, ਬਾਹਰ ਕਿਉਂ ਜਾਂਦੇ ਬਾਹਰ, ਕਿਸੇ ਦਾ ਚਾ ਕੋਈ ਦਿਲ ਨਹੀਂ ਕਰਦਾ ਜੀ ਆਪਦੀ ਧਰਤੀ ਛੱਡਣ ਨੂੰ, ਔਰ ਉਹ ਵੀ ਪੰਜਾਬ ਵਰਗੀ ਧਰਤੀ, ਗੁਰੂਆਂ ਪੀਰਾਂ ਸ਼ਹੀਦਾਂ ਸ਼ਾਇਰਾਂ ਫਕੀਰਾਂ ਦੀ ਧਰਤੀ, ਇਹਨੂੰ ਤਾਂ ਛੱਡਣ ਨੂੰ ਕੋਈ ਕਿਸੇ ਦਾ ਵੀ ਦਿਲ ਨਹੀਂ ਕਰੂਗਾ। ਉਪਜਾਊ ਧਰਤੀ, ਔਰ ਹਰ ਪਿੰਡ ਦੇ ਵਿੱਚ ਕਿਸੇ ਨਾ ਕਿਸੇ ਸ਼ਹੀਦ ਦਾ ਬੁੱਤ, ਹਰ ਤੀਜੇ ਪਿੰਡ 'ਚ ਕਿਤੇ ਨਾ ਕਿਤੇ ਚਰਨ ਛੋਹ ਸਾਡੇ ਗੁਰੂਆਂ ਦੀ ਗੁਰਦੁਆਰਾ ਸਾਹਿਬ ਬਣੇ ਹੋਏ। ਕਾਰਨ ਇਹੀ ਸੀ ਕਿ ਦੂਰੀਆਂ ਪੈ ਗਈਆਂ ਸੀ। ਸਰਬਜੀਤ ਜੀ ਤੁਸੀਂ ਸਹੀ ਹੋ, ਨੇੜਿਓਂ ਕਦੇ ਕੋਈ ਦੇਖਿਆ ਨਹੀਂ ਸੀ ਪਹਿਲਾਂ, ਉਹ ਇੱਕ ਵਾਰੀ ਨੇੜੇ ਆਉਂਦੇ ਸੀ ਹੱਥ ਬੰਨ ਕੇ, ਵੋਟਾਂ ਲੈ ਕੇ 5 ਸਾਲ ਲਈ ਕੁੰਡੇ ਲਾ ਲੈਂਦੇ ਸੀ ਮਹਿਲਾਂ ਦੇ ਅੰਦਰੋਂ, ਲੈ ਵੀ ਕੋਈ ਬੰਦਾ ਹੁਣ ਆਮ ਬੰਦਾ ਕੋਈ ਨੇੜੇ ਨਾ ਆਵੇ। ਲੋਕਾਂ ਨੇ ਇੱਕ ਵਾਰੀ ਦੇਖ ਲਿਆ, ਦੋ ਵਾਰੀ ਦੇਖ ਲਏ, ਤਿੰਨ ਵਾਰੀ ਦੇਖ ਲਏ, ਚਾਰ ਵਾਰੀ ਦੇਖ ਲਏ, ਫਿਰ ਲੋਕਾਂ ਨੂੰ ਪਤਾ ਲੱਗ ਗਿਆ ਅੰਦਰੋਂ ਕੁੰਡੇ ਲਾ ਲੈਂਦੇ ਨੇ ਆਪਦੇ ਮਹਿਲਾਂ ਦੇ। ਤਾਂ ਲੋਕਾਂ ਨੇ 2022 'ਚ ਕੀ ਕੀਤਾ, ਉਹਨਾਂ ਦੇ ਬਾਹਰੋਂ ਕੁੰਡੇ ਲਾਤੇ, ਉਹ ਜਦੋਂ ਵੋਟਾਂ ਮੰਗਣ ਵਾਸਤੇ ਪੁੰਡਾ ਖੋਲਣ ਵੀ ਬਾਹਰ ਨਿਕਲਣ ਲੱਗੇ, ਪਤਾ ਲੱਗੇ ਬਾਹਰੋਂ ਬੰਦ ਆ ਜੀ ਪਬਲਿਕ ਵੱਲੋਂ, ਇਸ ਕਰਕੇ ਤੁਸੀਂ ਜਾ ਨਹੀਂ ਸਕਦੇ, ਉਹ ਬਹਿ ਗਏ ਆਪਦੇ ਘਰਾਂ 'ਚ। ਫਿਰ ਇਹ ਜਿਹੜਾ ਇਸ ਤਰ੍ਹਾਂ ਦੇ ਸਮਾਗਮ ਤਾਂ ਪੰਜਾਬ 'ਚ ਹੋਣੋ ਹੀ ਹਟ ਗਏ ਸੀਗੇ, ਖੁਸ਼ੀਆਂ ਦੇ, ਨਿਯੁਕਤੀ ਪੱਤਰ ਵੰਡਣ ਦੇ, ਨਾ ਨੰਬਰ ਲੈ ਕੇ ਵੀ ਅੱਖਾਂ ਗਾਲ ਕੇ ਤੜਕੇ ਉੱਠ ਕੇ 3:30 ਪੌਣੇ 4 ਉੱਠ ਕੇ ਆਪ ਚਾਹ ਬਣਾ ਕੇ ਪੜ੍ਹ ਕੇ ਵੀ, ਖੇਤ ਮੋਟਰ 'ਤੇ ਵੀ, ਕੰਮ ਵੀ ਕਰਨ ਜਾਣੇ ਨਾਲ ਕਿਤਾਬ ਲਿਜਾ ਕੇ ਵੀ, ਨੰਬਰ ਵੀ ਆ ਗਏ, ਫਿਰ ਵੀ ਰੋਂਦੇ ਦੇ ਰੋਂਦੇ, ਕਾਰਨ ਘੱਟ ਨੰਬਰਾਂ ਵਾਲਾ ਸੀ, ਉਹਨੂੰ MLA ਜਾਣਦਾ ਸੀ, ਉਹਨੂੰ ਮੰਤਰੀ ਜਾਣਦਾ ਸੀ, ਜਾਂ ਉਹਦੇ ਬਾਪੂ ਕੋਲੇ ਪੈਸੇ ਸੀ, ਉਹ ਨੌਕਰੀਆਂ ਲੈ ਗਏ, ਇਹ ਰਹਿ ਗਏ, ਫਿਰ ਦਿਲ ਟੁੱਟਦਾ। ਇਹ ਜਿਹੜਾ ਆਹ ਦੁੱਖ ਹੈ ਨਾ, ਇਹ ਸਭ ਤੋਂ ਵੱਡਾ, ਇਹਦੇ ਨਾਲ ਬੱਚਾ ਜਿਹੜਾ ਨਾ ਮੈਂਟਲੀ ਟੋਰਚਰ ਹੁੰਦਾ। ਇੱਕ ਤਾਂ ਹੁੰਦਾ ਵੈਸੇ ਯਾਰ ਮੈਂ ਨੌਕਰੀ ਲਈ ਮੇਰੇ ਨੰਬਰ ਨਹੀਂ ਆਏ, ਮੈਂ ਮੈਰਿਟ 'ਚ ਨਹੀਂ ਆਇਆ, ਉਹ ਅੱਧਾ ਦੁੱਖ ਹੈ ਵੀ ਯਾਰ ਕੋਈ ਨਹੀਂ ਮੇਰੀ ਮਿਹਨਤ 'ਚ ਕਮੀ ਰਹੀ ਹੋਣੀ, ਮੈਂ ਅਗਲੀ ਵਾਰ ਮਿਹਨਤ ਕਰੂੰ। ਇੱਕ ਕਿ ਸਭ ਕੁਝ ਹੋ ਗਿਆ ਫਿਰ ਵੀ ਨਹੀਂ ਆਇਆ, ਔਰ ਸਭ ਤੋਂ ਘੱਟ ਨੰਬਰਾਂ ਵਾਲਾ ਆ ਗਿਆ ਫਿਰ ਜ਼ਿਆਦਾ ਦੁੱਖ। ਸੋ ਅਸੀਂ ਫੈਸਲਾ ਕੀਤਾ ਹੋਇਆ, ਜਦੋਂ ਹੀ ਸਾਨੂੰ ਪਤਾ ਲੱਗਦਾ ਕਿ ਇੰਨੀਆਂ ਪੋਸਟਾਂ ਕ੍ਰੀਏਟ ਹੋ ਗਈਆਂ, ਖਾਲੀ ਹੈਗੀਆਂ ਨੇ, ਐਗਜ਼ਾਮ ਹੋ ਗਿਆ, ਰਿਜ਼ਲਟ ਆ ਗਿਆ, ਕੋਈ ਕਿਸੇ ਕਿਸਮ ਦੀ ਹਾਈ ਕੋਰਟ ਦੀ ਜਾਂ ਕਿਸੇ ਸੈਸ਼ਨ ਕੋਰਟ ਦੀ ਕੋਈ ਰੁਕਾਵਟ ਨਹੀਂ ਹੈਗੀ, ਤਾਂ ਅਸੀਂ ਕਹਿੰਦੇ ਹਾਂ ਬੁਲਾ ਲਓ। ਕਦੇ 518 ਬੁਲਾਉਂਦੇ, ਅੱਜ 518 ਨੇ, ਥੋੜ੍ਹੇ ਦਿਨ ਪਹਿਲਾਂ 372 ਵੀ ਸੀ,
212 ਵੀ ਆ ਮੈਂ ਆ ਜਾਂਦਾ ਹੁੰਦਾ, ਕਿਉਂਕਿ ਇਹ ਨਾ ਹੋਵੇ ਨਾ ਕਿ ਸਾਡੇ ਮੇਰੇ ਮੇਰਾ ਟਾਈਮ ਨਾ ਹੋਵੇ ਤੇ ਉਧਰ ਨੌਕਰੀ ਨਾ ਮਿਲਣੀ, ਕਿਵੇਂ ਹੋ ਸਕਦਾ? ਖੁਸ਼ੀਆਂ ਵਾਸਤੇ ਤਾਂ ਕੋਈ ਬੰਦਾ ਵੇਟ ਕਰ ਹੀ ਨਹੀਂ ਸਕਦਾ ਨਾ। ਸੋ ਮੈਂ ਕਹਿੰਦਾ ਜਿੱਦੇ ਟਾਈਮ ਮਿਲਦਾ ਬੁਲਾਓ ਔਰ ਉਹਨਾਂ ਨੂੰ ਖੁਸ਼ੀ ਖੁਸ਼ੀ ਨਿਯੁਕਤੀ ਪੱਤਰ ਦੇ ਕੇ ਘਰੇ ਜਾ, ਕੱਲ੍ਹ ਤੋਂ ਕੁਰਸੀਆਂ 'ਤੇ ਬੈਠੋ, ਜਾ ਕੇ ਕੁਰਸੀਆਂ ਤੁਹਾਡੀਆਂ ਇੰਤਜ਼ਾਰ ਕਰ ਰਹੀਆਂ ਨੇ। ਔਰ ਨੌਕਰੀ ਜਿਹੜੀ ਹੈ ਨਾ ਸਰਕਾਰੀ, ਕੋਈ ਵੀ ਵੱਡੀ ਛੋਟੀ ਨਹੀਂ ਹੁੰਦੀ, ਕੰਮ ਛੋਟਾ ਵੱਡਾ ਨਹੀਂ ਹੁੰਦਾ, ਨੀਅਤ ਬੰਦੇ ਦੀ ਛੋਟੀ ਵੱਡੀ ਹੋ ਸਕਦੀ ਹੈ। ਸੋ ਕੰਮ ਦੇ ਵਿੱਚ ਜਿਵੇਂ ਵਰਕ ਕਲਚਰ ਜਿਹੜਾ ਆਪਣੇ ਕੰਟਰੀ 'ਚ ਘੱਟ ਹੈ, ਬਾਹਰਲੇ ਮੁਲਕਾਂ ਦੇ ਵਿੱਚ ਜਿਹੜਾ ਕੂੜੇ ਵਾਲੇ ਡਰੰਮ ਚੱਕਦਾ ਹੈ ਟਰੱਕ ਨਾਲ, ਉਹ ਵੀ ਕਹਿੰਦਾ ਮੈਂ ਜੌਬ 'ਤੇ ਹਾਂ, ਅਤੇ ਬਿਲ ਗੇਟਸ ਵੀ ਕਹਿੰਦਾ ਮੈਂ ਜੌਬ 'ਤੇ ਹਾਂ। ਉੱਥੇ ਸਾਰਾ ਕੁਝ ਜੌਬ ਹੈ। ਜਾਂ ਤੁਹਾਡੇ ਰਿਸ਼ਤੇਦਾਰ ਦੋਸਤ ਹੋਣਗੇ, ਮੈਂ ਕੰਮ 'ਤੇ ਜਾਂਦਾ ਜੀ, ਆਪਣੇ ਪੰਜਾਬੀ 'ਚ ਕਹਿ ਦਿੰਦੇ ਹਾਂ, ਉਹ ਫਲਾਨਾ ਮੈਂ ਕੰਮ 'ਤੇ ਗਿਆ ਹੋਇਆ ਜੀ, ਇਹ ਨਹੀਂ ਦੱਸਦੇ ਕਿ ਕੰਮ ਕੀ ਕਰਦਾ। ਉੱਥੇ ਸਾਰਾ ਕੁਝ ਕੰਮ ਹੈ, ਛੋਟਾ ਵੱਡਾ ਨਹੀਂ ਹੈਗਾ ਕੋਈ। ਇੱਕ ਮੇਰਾ ਦੋਸਤ ਹੈ, ਉਹ ਜਦੋਂ ਅਮੈਰੀਕਾ ਗਿਆ ਤਾਂ ਉਹਨੂੰ ਮੈਕਡੋਨਲਡਸ 'ਤੇ ਕੰਮ ਮਿਲ ਗਿਆ, ਮੈਕਡੋਨਲਡ 'ਤੇ ਕੰਮ। ਇੱਥੇ ਉਹਦੇ ਕੋਲ ਜ਼ਮੀਨ ਹੈਗੀ, 30-35 ਕਿੱਲੇ ਜ਼ਮੀਨ ਸੀ। ਉਹਨੇ ਆਪ ਹੀ ਦੱਸਿਆ, ਕਹਿੰਦਾ ਵੀ ਜਦੋਂ ਮੈਂ ਗਿਆ ਉੱਥੇ ਮੈਕਡੋਨਲਡ 'ਤੇ, ਕਹਿੰਦਾ ਮੈਂ ਯਾਰ ਫੜਾਇਆ ਕਰਾਂ ਬਰਗਰ, ਜਾਂ ਫਿਰ ਉਹ ਜਿਹੜਾ ਛੱਡ ਜਾ ਕਰਨ, ਫਿਰ ਮੈਂ ਉਹ ਚੱਕਿਆ ਕਰਾਂ। ਕਹਿੰਦੇ ਮੇਰੀ ਗਰਦਨ 'ਚ ਫਸੇ ਹੋਏ 35 ਕਿੱਲੇ, ਵੀ ਲੈ 35 ਕਿੱਲਿਆਂ ਦਾ ਮਾਲਕ ਹਾਂ, ਮੈਨੂੰ ਇਹਨਾਂ ਦੇ ਝੂਠੇ ਭਾਂਡੇ ਚੱਕਣੇ ਪੈਣੇ। ਫਿਰ ਉਹ ਕਹਿੰਦਾ ਇੱਕ ਦਿਨ ਕੀ ਹੋਇਆ, ਇੱਕ ਗੋਰਾ ਕਹਿੰਦਾ 50 ਸੈਂਟ, ਮਤਲਬ ਉਹਨਾਂ ਦੀ ਠਹਿਣੀ ਹੈ ਨਾ, 50 ਸੈਂਟ ਧਰ ਗਿਆ ਮੈਨੂੰ ਟਿੱਪ, ਵੀ ਆਪ ਚੱਕ ਕੇ ਉੱਧਰ ਧਰ ਦੀ। ਆਮ ਤੌਰ 'ਤੇ ਉੱਥੇ ਆਪ ਹੀ ਚੱਕ ਕੇ ਸਿੱਟਦੇ ਨੇ, ਪਰ ਉਹ ਨਹੀਂ, ਕਹਿੰਦਾ ਮੈਂ 50 ਸੈਂਟ ਵੀ ਵਿੱਚੀ ਤਾਂ ਸਿੱਟਦੇ, ਲੈ 35 ਕਿੱਲੇ ਆਉਂਦੇ ਨਹਿਰ ਦੇ ਨਾਲ ਲੱਗਦੇ, ਨਾਲੇ 50 ਸੈਂਟ ਦਿੰਦਾ ਮੈਨੂੰ। ਉਦੋਂ ਕਹਿੰਦਾ ਮੇਰੇ ਗਰਦਨ ਸਰੀਆ ਸੀ, ਤੇ ਕਹਿੰਦਾ ਮੈਂ ਸੰਗਦਾ ਵੀ ਇੰਨਾ ਸੀਗਾ, ਮੈਨੂੰ ਪੋਚਾ ਲਾਉਣ ਨੂੰ ਕਹਿੰਦੇ ਸੀ ਉਹ ਜਿਹੜਾ, ਕਹਿੰਦੇ ਜੀ ਕੋਈ ਪੰਜਾਬੀ ਆ ਜਾਂਦਾ, ਕਹਿੰਦਾ ਮੈਂ ਜਾਣ ਬੁੱਝ ਕੇ ਕੋਈ ਬਹਾਨਾ ਬਣਾ ਕੇ ਉੱਧਰ ਜਿਹਨੂੰ ਹੋ ਜਾਂਦਾ, ਵੀ ਕੀ ਕਹੂਗਾ ਯਾਰ ਇਹ, ਪੋਚੇ ਲਾਉਣੇ ਯਾਰ। ਹੌਲੀ ਹੌਲੀ ਕਹਿੰਦਾ ਜਦੋਂ ਮੈਂ ਦੇਖਿਆ ਮੇਰਾ ਮੈਨੇਜਰ ਜਿਹੜਾ ਸੀਗਾ ਉਹ ਗੋਰਾ ਸੀ, ਕਹਿੰਦਾ ਇੱਕ ਦਿਨ ਉੱਥੇ ਕੋਈ ਸੌਸ ਵਗੈਰਾ ਡੁੱਲ ਗਈ, ਮੈਨੇਜਰ ਭੱਜ ਕੇ ਗਿਆ, ਮੈਨੇਜਰ ਨੇ ਪੋਚਾ ਲਾਉਣਾ ਸ਼ੁਰੂ ਕਰਤਾ। ਕਹਿੰਦਾ ਫਿਰ ਮੈਨੂੰ ਪਤਾ ਲੱਗਿਆ ਯਾਰ ਵੀ ਇਹ ਤਾਂ ਕੰਮ ਹੈ, ਇੱਥੇ ਕੋਈ ਬੌਸ ਬੂਸ ਨਹੀਂ ਹੈਗਾ। ਉਹ ਕਹਿੰਦਾ ਫਿਰ ਉਹ ਤੋਂ ਬਾਅਦ ਕਹਿੰਦਾ ਮੈਂ ਨਿਕਲ ਗਈ 35 ਕਿੱਲੇ ਜਦੋਂ ਇੱਥੋਂ, ਵੀ ਕੰਮ ਕਰਕੇ ਕਿੱਥੇ ਤਾਂ ਚੱਲੂ ਕੰਮ, ਨਹੀਂ ਤਾਂ ਗ੍ਰੋਸਰੀ ਆਉਣੀ ਨਹੀਂ। ਕਹਿੰਦਾ ਉਹੀ ਗੋਰਾ ਫਿਰ ਆ ਗਿਆ ਜਿਹੜਾ 50 ਪੈਸੇ ਕਰਕੇ ਗਿਆ ਸੀ, ਕਹਿੰਦਾ ਉੱਦਾਂ ਕੁਛ ਵੀ ਨਹੀਂ ਕਰਕੇ ਗਿਆ। ਕਹਿੰਦਾ ਮੈਂ ਉਹਨੂੰ ਕਹਿ 10 ਯਾਰ 50 ਸੈਂਟ ਤਾਂ ਧਰ ਜਾਂਦਾ ਯਾਰ, ਕਿਉਂਕਿ ਵਰਕ ਕਲਚਰ ਆ ਗਿਆ ਸੀ ਮਾਇੰਡ 'ਚ। ਸੋ ਕੰਮ, 1 ਰੁਪਈਆ ਜਿਹੜਾ ਉਹਦੀ ਬਹੁਤ ਵੈਲੀ ਹੁੰਦੀ ਹੈ। ਭਾਵੇਂ ਮੈਂ ਮੰਨਦਾ ਕਿ 1 ਰੁਪਈਆ ਲੱਖ ਦੇ ਬਰਾਬਰ ਨਹੀਂ ਬਹਿੰਦਾ, ਮੈਂ ਮੰਨਦਾ ਕਿ 1 ਰੁਪਈਆ ਲੱਖ ਦੇ ਬਰਾਬਰ ਨਹੀਂ ਬਹਿੰਦਾ, ਪਰ ਜਰਾ ਸੋਚੋ ਜੇ 1 ਲੱਖ 'ਚ ਰੁਪਈਆ ਕਰਦੀ ਉਹ ਵੀ ਲੱਖ ਨਹੀਂ ਰਹਿੰਦਾ, ਉਹ ਵੀ 99,999 ਬਣ ਜਾਂਦਾ ਫਿਰ। ਸੋ ਰੁਪਈਏ ਦੀ ਵੈਲਿਊ ਹੈ। ਸੋ ਆਪਦੀ ਕੁਰਸੀ ਦੀ, ਆਪਦੇ ਅਹੁਦੇ ਦੀ ਵੈਲਿਊ ਸਮਝਣੀ ਹੈ ਕਿ ਮੈਂ ਵੀ ਹੈਗਾ ਇੱਥੇ, ਇਹ ਦਫ਼ਤਰ 'ਚ ਮੇਰੀ ਅਹਿਮੀਅਤ ਹੈਗੀ ਹੈ, ਇਸ ਦਫ਼ਤਰ 'ਚ ਮੇਰੇ ਬਿਨਾਂ ਕੰਮ ਨਹੀਂ ਚੱਲ ਸਕਦਾ, ਮੈਂ ਇਸ ਦਫ਼ਤਰ ਦਾ ਇੱਕ ਅਹਿਮ ਹਿੱਸਾ। ਇਹ ਨਾ ਸੋਚੋ ਮੈਂ ਮੇਰਾ ਕੀ ਆ, ਮੈਂ ਤਾਂ ਕਾਗਜ਼ 'ਤੇ ਸਾਈਨ ਕਰ ਦਿੰਦੇ ਨੇ, ਕਾਗਜ਼ 'ਤੇ ਸਾਈਨ ਕਿਸੇ ਦੀ ਕਬੀਲਦਾਰੀ ਬਦਲ ਸਕਦੇ ਆ, ਕਿਸੇ ਦੇ ਘਰੇ ਖੁਸ਼ੀਆਂ ਲਿਆ ਸਕਦੇ ਆ, ਗਲਤ ਕਾਗਜ਼ 'ਤੇ ਸਾਈਨ ਕਰਤੇ ਕਿਸੇ ਦਾ ਘਰ ਪੱਟ ਵੀ ਸਕਦੇ ਆ। ਸੋ ਇਸ ਗੱਲ ਨੂੰ ਮੈਂ ਤੁਹਾਨੂੰ ਬੇਨਤੀ ਕਰੂੰਗਾ, ਮੈਂ ਹਰ ਵਾਰ ਜਦੋਂ ਵੀ ਮੱਥੇ ਮੁੰਡੇ ਕੁੜੀਆਂ ਆਉਂਦੇ ਨੇ, ਔਰ ਸਭ ਤੋਂ ਖੁਸ਼ੀ ਦੀ ਗੱਲ ਤਾਂ ਇਹ 518 'ਚੋਂ 292 ਸਾਡੀਆਂ ਭੈਣਾਂ ਨੇ, ਸਾਡੀਆਂ ਧੀਆਂ ਨੇ, 292 ਲਗਭਗ 300 ਦੇ ਨੇੜੇ ਤੇੜੇ। ਪੜ੍ਹ ਲਿਆ ਕਰੋ, ਜਦੋਂ ਦੇਖੋ ਰਿਜ਼ਲਟ 10ਵੀਂ 'ਚ ਇਸ ਵਾਰ ਕੁੜੀਆਂ ਨੇ ਫੇਰ ਬਾਜ਼ੀ ਮਾਰੀ, 12ਵੀਂ 'ਚ ਕੁੜੀਆਂ ਨੇ ਫੇਰ ਬਾਜ਼ੀ ਮਾਰੀ, BA 'ਚ ਕੁੜੀਆਂ ਫਸਟ, MA 'ਚ ਕੁੜੀਆਂ ਫਸਟ। ਸੋ ਵਧੀਆ ਗੱਲ ਹੈ ਕਿ ਸਾਡੀਆਂ ਧੀਆਂ ਜਿਹੜੀਆਂ ਨੇ ਪੜ੍ਹਦੀਆਂ ਨੇ, ਔਰ ਨੌਕਰੀ ਉਹਨਾਂ ਨੂੰ ਉਹਨਾਂ ਦੇ ਡਿਗਰੀ ਦੇ ਮੁਤਾਬਕ
ਨੌਕਰੀ ਮਿਲੂਗੀ। ਕੋਈ ਤੁਹਾਨੂੰ ਇਹ ਨਹੀਂ ਮੈਂਟਲੀ ਟੋਰਚਰ ਹੋਣਾ ਪਊ ਕਿ ਮੈਂ ਕਰ ਲਈ ਪੜ੍ਹਾਈ ਤਾਂ ਮੈਂ ਇੰਨੀ ਕਰ ਲਈ ਪਰ ਮੈਨੂੰ ਨੌਕਰੀ ਇਸ ਲੈਵਲ ਦੀ ਮਿਲ ਗਈ ਜੋ ਮੇਰੀ ਪੜ੍ਹਾਈ ਨੂੰ ਮੈਚ ਨਹੀਂ ਕਰਦੀ। ਇਸੇ ਕਰਕੇ ਰਿਵਰਸ ਮਾਈਗ੍ਰੇਸ਼ਨ ਦੀ ਜਿਹੜੀ ਚੀਜ਼ ਮੈਂ ਸਭ ਗੱਲ ਕਰਦੀ ਸੀ, ਮੈਨੂੰ ਹਰ ਰੋਜ਼ 3-4 ਫੋਨ ਕਾਲ ਲਗਭਗ ਐਵਰੇਜ ਆਉਂਦੇ ਨੇ ਕਿ ਜੀ ਅਸੀਂ ਵਾਪਸ ਆ ਰਹੇ ਹਾਂ, ਅਸੀਂ ਇੱਥੇ ਆ ਕੇ ਕੰਮ ਕਰਾਂਗੇ। ਦੋ ਮੁੰਡੇ ਤਾਂ ਇਹੋ ਜਿਹੇ ਨੇ ਕਿਹੜਾ ਚਲੇ ਗਏ, ਬਾਅਦ 'ਚ ਨੌਕਰੀ ਆ ਗਈ ਇੱਥੇ। ਉਹਦੇ ਬਾਪੂ ਨੇ ਕਿਹਾ ਤੂੰ SDO ਲੱਗ ਗਿਆ, ਆ ਜਾ ਵਾਪਸ, ਕਹਿੰਦਾ ਮੁੜਿਆ ਫਿਰ। ਹੁਣ ਉੱਥੇ ਵੀ ਦੇਖ ਲਓ ਬੰਦ ਕਰੀ ਜਾਂਦੇ ਰੋਜ਼ ਰੋਜ਼। ਕੈਨੇਡਾ ਨੇ ਬੰਦ ਹੀ ਕਰਤਾ, ਕਹਿੰਦੇ ਵੀ ਸਾਡੇ ਤਾਂ ਬੇਰੁਜ਼ਗਾਰੀ ਆ ਗਈ, ਅਸੀਂ ਨਹੀਂ ਹੁਣ ਇੰਟਰਨੈਸ਼ਨਲ ਸਟੂਡੈਂਟ ਲੈਣੇ। ਫਿਰ ਗਾਂ ਟਰੈਵਲ ਏਜੰਟਾਂ ਦੇ ਚੱਕਰਾਂ 'ਚ ਪੈਂਦੇ ਹਾਂ, ਉਹਨਾਂ ਨੇ ਪਤਾ ਨਹੀਂ ਕਿਹੜੀ ਕਿਹੜੀ ਠੱਗੀਆਂ ਮਾਰੀਆਂ, ਗਾਹਾਂ ਕਾਲਜ ਨਹੀਂ ਰਿਕੋਗਨਾਈਜ਼ ਹੁੰਦਾ, ਉੱਥੇ ਜਾ ਕੇ ਪੰਗਾ ਪੈ ਜਾਂਦਾ। ਹਾਂ ਟਰੈਵਲ ਏਜੰਟਾਂ ਬਾਰੇ ਮੈਂ ਜ਼ਰੂਰ ਕਹੂੰਗਾ, ਥੋੜ੍ਹਾ ਜਿਹਾ ਚੱਲ ਰਿਹਾ ਅੱਜ ਕੱਲ੍ਹ ਗੱਲ ਕੋਈ ਟਰੈਵਲ ਏਜੰਟਾਂ ਦੀ। ਸਭ ਤੋਂ ਵੱਧ ਟਰੈਵਲ ਏਜੰਟਾਂ ਦੇ ਵਿਰੁੱਧ ਜੇ ਖੜਾ ਹੋਇਆ ਕੋਈ, ਬਤੌਰ MP ਪਾਰਲੀਮੈਂਟ 'ਚ ਮੈਂ ਬੋਲਦਾ ਸੀ, ਹਜ਼ਾਰਾਂ ਮੁੰਡਿਆਂ ਨੂੰ ਸਾਊਦੀ ਅਰਬ ਚੋਂ, ਕਿਸੇ ਨੂੰ ਮਲੇਸ਼ੀਆ ਚੋਂ, ਕਿਸੇ ਨੂੰ ਸਿੰਗਾਪੁਰ ਚੋਂ, ਅਰਮੀਨੀਆ ਚੋਂ, ਲੀਬੀਆ ਚੋਂ ਮੈਂ ਕੱਢ ਕੇ ਲਿਆਇਆ। ਔਰ ਸੁਸ਼ਮਾ ਸਵਰਾਜ ਨੂੰ ਕਹਿ ਰਹਿੰਦਾ ਸੀ ਇਹ ਟਰੈਵਲ ਏਜੰਟ ਜੜਨੇ ਦੀ, ਇੱਥੋਂ ਹੀ ਬੰਦ ਕਰੋ। ਸੋ ਮੈਂ ਨਹੀਂ ਚਾਹੁੰਦਾ ਕਿ ਸਾਡੇ ਜਵਾਨ ਨੌਜਵਾਨ ਜਿਹੜੇ ਨੇ ਉਹ ਪੈਸੇ ਫਸਾ ਕੇ ਬਹਿ ਜਾਣ, ਪਰ ਇੱਕ ਕਾਨੂੰਨੀ ਕੰਮ ਹੈ ਨਾ, ਕਾਨੂੰਨ ਮੁਤਾਬਕ ਕਾਰਵਾਈ ਹੋਊਗੀ ਨਾ। ਇੱਥੇ ਆਪਣੇ ਹੁਣ ਇਹ ਤਾਂ ਹੈ ਨਹੀਂ ਨਾ ਕਾਨੂੰਨ ਕਿ ਕਤਲ ਕਰਤਾ ਤਾਂ ਉਹਨੂੰ ਦੂਜੇ ਨੇ ਵੀ ਚੌਂਕ 'ਚ ਖੜਾ ਕੇ ਗੋਲੀ ਮਾਰ ਦਿਓ, ਜੇ ਕਿਸੇ ਨੇ ਚੋਰੀ ਕਰ ਲਈ ਹੱਥ ਵੱਢ ਦਿਓ, ਜੇ ਕੋਈ ਕ੍ਰਾਈਮ ਕਰਕੇ ਭੱਜ ਕੇ ਲੱਤਾਂ ਵੱਢ ਦਿਓ, ਤਾਂ ਹੈ ਨਹੀਂ ਨਾ, ਆਪਣੇ ਕਾਨੂੰਨ ਮੁਤਾਬਕ ਹੈ ਨਾ। ਸੋ ਅਸੀਂ ਕੈਬਨਿਟ ਦੇ ਵਿੱਚ ਲਿਆ ਚੁੱਕੇ ਹਾਂ, ਪਹਿਲੀ ਸੈਂਟਰ ਨਾਲ ਅਸੀਂ ਗੱਲ ਕਰ ਲਈ, ਮੈਂ ਤਾਂ ਕਈ ਵੱਡੇ ਮੁਲਕਾਂ ਦੇ ਇਨਵੈਸਟਰਸ ਨਾਲ ਵੀ ਗੱਲ ਕਰ ਲਈ ਕਿ ਸਾਨੂੰ ਤੁਸੀਂ ਤਾਂ ਦੱਸ ਦਿਓ ਕਿ ਕਿਹੜਾ ਰਿਕੋਗਨਾਈਜ਼ਡ ਹੈ ਤੁਹਾਡੇ ਦੁਆਰਾ, ਕਿਹੜਾ ਟਰੈਵਲ ਏਜੰਟ ਤੁਸੀਂ ਪੰਜਾਬ 'ਚੋਂ ਰਿਕੋਗਨਾਈਜ਼ ਕੀਤਾ ਹੋਇਆ, ਕਿਹੜਾ ਕਿਹੜਾ ਇਲੀਗਲ, ਸਾਨੂੰ ਦੱਸ ਦਿਓ ਤੁਸੀਂ, ਅਤੇ ਅਸੀਂ ਜਿਹੜੇ ਇਲੀਗਲ ਨੇ ਸੀ ਉਹਨੂੰ ਬੰਦ ਕਰਦੇ ਹਾਂ, ਜੇ ਉਹ ਇਲੀਗਲ ਕੰਮ ਕਰ ਰਹੇ ਨੇ ਤਾਂ ਉਹਨਾਂ ਦਾ ਬੰਦ ਕਰਾਂਗੇ, ਪਲੱਸ ਜੇ ਉਹਨਾਂ ਨੇ ਪੈਸੇ ਲੋਕਾਂ ਦੇ ਦੱਬੇ ਨੇ ਤਾਂ ਉਹਨਾਂ ਦੀ ਪ੍ਰੋਪਰਟੀ ਅਟੈਚ ਕਰਾਂਗੇ, ਉਹ ਵੇਚ ਕੇ ਲੋਕਾਂ ਨੂੰ ਪੈਸੇ ਦੇਵਾਂਗੇ। ਮੈਂ ਕਿਉਂ ਚਾਹੂੰਗਾ ਸਾਡੇ ਨੌਜਵਾਨਾਂ ਨੂੰ ਕਿ ਉਹਨਾਂ ਨੂੰ ਧੋਖਾ ਹੋਵੇ ਉਹਨਾਂ ਨਾਲ ਕੋਈ, ਜਾਂ ਇੱਥੇ ਜੇਲ੍ਹਾਂ ਜਾਣ ਜਾਂ ਉੱਥੇ ਜੇਲ੍ਹਾਂ ਜਾਣ, ਉਧਰਲੇ ਮੁਲਕਾਂ 'ਚ ਵੀ ਜਿਹੜਾ ਫਿਰਦੇ ਨੇ ਕਿ ਤੁਸੀਂ ਫੇਕ ਡਾਕੂਮੈਂਟ 'ਤੇ ਆ ਗਏ ਜੀ, ਟਰੈਵਲ ਏਜੰਟ ਕਰਦੇ ਨੇ ਕੰਮ ਇਹ। ਸਭ ਤੋਂ ਪਹਿਲਾਂ ਮੈਂ ਆਵਾਜ਼ ਉਠਾਈ ਸੀ ਪਾਰਲੀਮੈਂਟ 'ਚ, ਅੱਜ ਵੀ ਪਾ ਕੇ ਦੇਖ ਲਓ ਯੂਟਿਊਬ 'ਤੇ। ਸੋ ਕਦੇ ਵੀ ਮੈਂ ਇਹ ਨਹੀਂ ਚਾਹੂੰਗਾ ਕਿ ਮੇਰੇ ਮੇਰੇ ਵਤਨ ਦੇ, ਮੇਰੇ ਦੇਸ਼ ਦੇ ਨੌਜਵਾਨ, ਪੰਜਾਬ ਦੇ ਨੌਜਵਾਨ ਕਿਤੇ ਧੱਕੇ ਖਾਣ ਗਲਤ ਹੱਥਾਂ 'ਚ ਚੜ ਕੇ। ਔਰ ਮੇਰਾ ਕੋਈ ਕਿਸੇ ਨਾਲ ਨਹੀਂ ਹੈਗਾ ਕਿ ਮੈਂ ਕੋਈ ਟਰੈਵਲ ਏਜੰਟਾਂ ਦਾ ਜਾਂ ਮੇਰੇ ਨਾਲ ਕੋਈ ਹਿੱਸਾ, ਮੇਰਾ ਕੋਈ ਮੈਂ ਕੋਈ ਖੱਡ 'ਚ ਹਿੱਸਾ, ਟਰਾਂਸਪੋਰਟ 'ਚ ਮੇਰਾ ਹਿੱਸਾ ਹੈ, 3.5 ਕਰੋੜ ਪੰਜਾਬੀਆਂ ਦੇ ਦੁੱਖਾਂ ਸੁੱਖਾਂ 'ਚ ਹਿੱਸਾ ਹੈਗਾ, ਹੋਰ ਮੇਰਾ ਕਿਸੇ ਚੀਜ਼ 'ਚ ਹਿੱਸਾ ਨਹੀਂ। ਇਸ ਗੱਲ 'ਤੇ ਤੁਸੀਂ ਸਹੁੰ ਖਾ ਸਕਦੇ, ਇਸ ਗੱਲ 'ਤੇ ਤੁਸੀਂ ਸਹੁੰ ਖਾ ਸਕਦੇ ਹੋ ਮੇਰੀ, ਤੁਹਾਨੂੰ ਮੈਂ ਝੂਠਾ ਨਹੀਂ ਪੈਣ ਦੇਊਂਗਾ। ਪਹਿਲੀ ਗੱਲ ਤਾਂ ਟਰੈਵਲ ਏਜੰਟ ਪੈਦਾ ਕਿਵੇਂ ਕਿਉਂ ਹੋ ਗਏ? ਮੱਧ ਪ੍ਰਦੇਸ਼ ਜਾਂਦੇ ਹਾਂ ਅਸੀਂ, ਛੱਤੀਸਗੜ੍ਹ ਜਾਂਦੇ ਹਾਂ, ਗੁਜਰਾਤ ਜਾਂਦੇ, ਹੈ ਹੀ ਨਹੀਂ ਕੋਈ ਟਰੈਵਲ ਏਜੰਟ ਦਾ, ਕੋਈ ਬੋਰਡ ਨਹੀਂ ਲੱਗਿਆ ਹੋਇਆ। ਆਪਣੇ ਇੱਥੇ ਜਲੰਧਰ ਵਾਲਾ ਬੱਸ ਸਟੈਂਡ ਹੈ, ਉਹਦੇ ਜਿੱਥੇ ਬੱਸਾਂ ਬੈਕ ਲੱਗਦੀਆਂ ਨੇ ਉਹਦੇ ਲਿਖਿਆ ਸਿੰਗਾਪੁਰ, ਦੂਜੇ ਥਾਂ 'ਤੇ ਲਿਖਿਆ ਆਸਟ੍ਰੇਲੀਆ। ਇਹ ਲੱਗਦਾ ਇੱਥੋਂ ਜਲੰਧਰ ਤੋਂ ਸਿੱਧੀਆਂ ਜਾਂਦੀਆਂ ਨੇ ਉੱਧਰ ਨੂੰ, ਆਸਟ੍ਰੇਲੀਆ ਜਾਣ ਲਈ ਮਿਲੋ, ਸਿੰਗਾਪੁਰ ਜਾਣ ਲਈ ਮਿਲੋ, ਹਾਂਜੀ ਨਿਊਜ਼ੀਲੈਂਡ ਜਾਣ ਲਈ ਮਿਲੋ, ਕੈਨੇਡਾ ਜਾਣ ਲਈ ਮਿਲੋ। ਮੈਂ ਸੋਚਿਆ ਯਾਰ, ਮੈਂ ਕਿਹਾ ਪੰਜਾਬ ਰਹਿਣ ਲਈ ਵੀ ਮਿਲੋ, ਇਹਦਾ ਬੋਰਡ ਕੌਣ ਲਾਈਏ? ਉਹ ਬੋਰਡ ਮੈਂ ਲਾਊਂਗਾ, ਪੰਜਾਬ 'ਚ ਰਹਿਣ ਲਈ ਮੈਨੂੰ ਮਿਲੋ। ਆਓ ਜੇ ਕੋਈ ਕੰਮ ਕਰਨਾ ਸਟਾਰਟਅਪ ਕਰੋ, ਅਸੀਂ ਸ਼ੁਰੂ ਕੀਤਾ ਹੋਇਆ ਇਨਵੈਸਟ ਪੰਜਾਬ 'ਚ, ਸਟਾਰਟਅਪ ਦੇ ਸ਼ੁਰੂ ਕਰਿਆ 4-4, 5-5 ਮੁੰਡੇ। ਪਹਿਲਾਂ ਬੱਚਿਆਂ ਨੂੰ ਅਸੀਂ ਦੇ ਰਹੇ ਪੈਸੇ, ਕਿੰਨੇ ਕਿੰਨੇ ਦੇ ਰਹੇ ਹਰਜੋਤ? ਬਿਜ਼ਨਸ ਕਲਾਸ 2000 ਰੁਪਏ ਇੱਕ ਬੱਚੇ ਨੂੰ, ਤੇ 4-5 ਦੇ ਗਰੁੱਪ ਨੇ ਨਾ, ਹਾਂ 7-8 ਬੱਚੇ, 2-2 ਹਜ਼ਾਰ ਰੁਪਏ ਦੇ ਦਾਂਗੇ। 16,000 ਰੁਪਇਆ ਲੈ ਕੇ ਆਪਸ 'ਚ ਉਹ ਆਪਣੇ ਦਿਮਾਗ ਦੇ ਘੋੜੇ ਦੌੜਾਉਣ, ਕੁਛ ਨਾ ਕੁਛ ਨਵੀਂ ਕੋਈ ਕਾਰ ਕੱਢਣ, ਉਹਦੀ ਅਸੀਂ ਫਿਰ ਕੰਪਨੀ ਵਾਲਿਆਂ ਨਾਲ, ਵੱਡੀਆਂ ਨਾਲ ਗੱਲ ਕਰਾ ਕੇ ਉਹਨਾਂ ਨੂੰ ਲੱਖਾਂ ਰੁਪਏ ਉੱਥੋਂ ਹੀ ਮਿਲਣੇ ਸ਼ੁਰੂ ਹੋ ਜਾਂਦੇ ਨੇ ਕਿ ਇਹ ਜਦੋਂ ਚੀਜ਼ ਡਿਵੈਲਪ ਹੋ ਗਈ ਤਾਂ ਸਾਡੀ ਕੰਪਨੀ ਵਾਸਤੇ ਅਸੀਂ ਇਹ ਸੋਫਟਵੇਅਰ ਖਰੀਦਾਂਗੇ, ਤੁਹਾਨੂੰ ਇੰਨੇ ਪੈਸੇ ਦੇਵਾਂਗੇ। ਇੱਥੋਂ ਸ਼ੁਰੂ ਕਰਦੇ ਹਾਂ। ਮੈਂ ਚਾਹੁੰਦਾ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਨੌਕਰੀਆਂ ਮੰਗਣ ਵਾਲੇ ਨਹੀਂ, ਨੌਕਰੀਆਂ ਵੰਡਣ ਵਾਲੇ ਬਣਨ, ਜੌਬ ਸੀਕਰਸ ਨਹੀਂ ਜੌਬ ਪ੍ਰੋਵਾਈਡਰਸ ਬਣੋ। ਕੰਮ ਸ਼ੁਰੂ ਕਰੋ, ਬਿਜ਼ਨਸ ਸ਼ੁਰੂ ਕਰੋ, ਸਰਕਾਰ ਹੈਲਪ ਕਰੂਗੀ, ਬਿਨਾਂ ਵਿਆਜ ਤੋਂ ਲੋਨ ਦੇਵਾਂਗੇ, ਜਿੱਦੇ ਕਮਾਉਣ ਲੱਗੇ ਉਹਦੇ ਮੋੜ ਦਿਓ।
ਇੱਦਾਂ ਕਰਨਾ ਪਊਗਾ। ਇਹ ਕੋਈ ਜ਼ਖਮ ਛੋਟੇ ਮੋਟੇ ਨਹੀਂ ਹੈਗੇ, ਬਹੁਤ ਗਹਿਰੇ ਜ਼ਖਮ ਨੇ, ਹੌਲੀ ਹੌਲੀ ਭਰਨਗੇ। ਜੇ ਭਰਨਗੇ ਵੀ ਤਾਂ ਵੀ ਹਜੇ ਦਾਗ ਰਹਿ ਜੂਗਾ, ਫਿਰ ਹੌਲੀ ਹੌਲੀ ਦਾਗ ਵੀ ਜਾਊਗਾ, ਫਿਰ ਮਲਮ ਲਾਵਾਂਗੇ। ਮਲਮ ਇਮਾਨਦਾਰੀ ਦੀ ਲੱਗ ਸਕਦੀ ਹੈ, ਹੋਰ ਕੋਈ ਮਲਮ ਨਹੀਂ ਹੈਗੀ ਇੱਥੇ। ਔਰ ਮਲਮ ਵੀ ਉਹੀ ਲਾ ਸਕਦਾ ਜਿਹਨੂੰ ਕੋਈ ਲੈਣਾ ਦੇਣਾ ਨਾ ਹੋਵੇ ਕਿ ਮੇਰਾ ਹਿੱਸਾ ਕਿੰਨਾ। ਇਸ ਕੰਮ 'ਚ ਆਪਾਂ ਪੈਣਾ ਨਹੀਂ। ਮੈਂ ਤਾਂ ਉਹ ਕੰਮ ਛੱਡੀ ਫਿਰਦਾ ਜੀ, ਮੈਂ ਤਾਂ ਪੈਸੇ ਕਮਾਉਣ ਵਾਲਾ ਕੰਮ ਤਾਂ ਮੈਂ ਛੱਡੀ ਫਿਰਦਾ ਜੀ। ਮੈਂ ਕਿਹੜਾ ਕੋਈ ਫੇਲ ਕਲਾਕਾਰ ਸੀ ਵੀ ਉਧਰੋਂ ਫੇਲ ਹੋ ਗਿਆ ਇੱਧਰ ਆ ਗਿਆ? ਅਤੇ ਜਿਹੜੇ ਜਿਹੜੇ ਕਾਮਯਾਬ ਕਲਾਕਾਰ ਨੇ ਪੰਜਾਬ ਦੇ, ਸਾਰੇ ਮੇਰੀ ਟੀਮ ਤਾਂ ਹੈਗੀ ਹੈ, ਜੁਗਨੂ ਵਾਲੀ, ਦੇਖਦੇ ਹੋਵੋਗੇ ਤੁਸੀਂ ਸਾਰੇ ਉਹੀ ਮੁੰਡਿਆਂ ਨੇ। ਮੈਂ ਕਰੋ ਕੰਮ ਵੀ, ਮੈਨੂੰ ਪਰਮਾਤਮਾ ਨੇ ਇੱਧਰ ਡਿਊਟੀ ਲਾਤੀ ਮੇਰੀ, ਮੈਂ ਇੱਧਰ ਕੰਮ ਕਰੂੰਗਾ। ਉਹ ਮੈਥੋਂ ਬਹੁਤ ਜ਼ਿਆਦਾ ਪੈਸੇ ਕਮਾਉਂਦੇ ਨੇ, ਫਿਰ ਕੀ ਹੁੰਦਾ? ਉਹਨਾਂ ਦੀ ਕਲਾ ਹੈ। ਜਦੋਂ ਮੈਨੂੰ ਪੱਕਾ ਹੀ ਪਤਾ ਸੀ ਕਿ ਇੰਨੀ ਤਨਖਾਹ ਹੈ ਮੁੱਖ ਮੰਤਰੀ ਦੀ ਅਤੇ ਇੰਨਾ ਭੱਤੇ ਮਿਲਦੇ ਨੇ, ਫਿਰ ਮੈਂ ਜਾਣ ਕੇ ਤਾਂ ਮੈਨੂੰ ਪਤਾ ਸੀ ਨਾ, ਫਿਰ ਤਾਂਹੀਓ ਆਇਆ ਮੈਂ। ਇਹਦਾ ਮਤਲਬ ਇਹ ਥੋੜ੍ਹੀ ਹੈ ਕਿ ਬਾਅਦ 'ਚ ਤੁਸੀਂ ਕਹੋ ਕਿ ਮੈਂ ਬਾਅਦ 'ਚ ਤਨਖਾਹ ਤਨਖੂਹ, ਪਹਿਲਾਂ ਤਾਂ ਤਨਖਾਹ ਦੇਖੀ ਨਹੀਂ, ਪੁੱਛੀ ਹੋਈ ਨਹੀਂ ਕਿਸੇ ਨੇ ਵੀ ਤਨਖਾਹ ਕਿੰਨੀ ਹੈ। ਤਨਖਾਹ ਨੂੰ ਤਾਂ ਸੀਰੀਅਸ ਹੀ ਲੈਂਦੇ ਸੀ, ਉੱਪਰੋਂ ਚੱਲਦਾ ਸੀ ਕੰਮ। ਸੋ ਇਸ ਕਰਕੇ ਮੈਂ ਫਿਰ ਪੰਜਾਬ ਦੇ ਨੌਜਵਾਨਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਛੋਟੀ ਛੋਟੀ ਗੱਲ 'ਤੇ ਭੜਕਿਆ ਨਾ ਕਰੋ, ਅਤੇ ਇੱਕ ਥੋੜ੍ਹਾ ਜਿਹਾ ਤੰਗ ਦਿਲ ਨਾ ਹੋਈਏ ਆਪਾਂ। ਪੰਜਾਬੀ ਤਾਂ ਸਾਰੀ ਦੁਨੀਆਂ ਨੂੰ ਰੋਟੀ ਖਵਾਉਣ ਵਾਲੇ ਹਾਂ ਯਾਰ। ਆਪਾਂ ਅਸੀਂ ਤਾਂ ਗੁਰੂ ਨਾਨਕ ਸਾਹਿਬ ਦੇ 20 ਰੁਪਏ ਲੰਗਰ ਤੋਂ ਸ਼ੁਰੂ ਹੋਏ, ਅੱਜ ਤੱਕ 20 ਰੁਪਏ 20 ਰੁਪਏ ਨਹੀਂ ਰਹਿੰਦੀ ਦੁਨੀਆਂ ਤੱਕ ਮੁੱਕ ਸਕਦੇ ਹੋ। ਸਾਰੇ ਪੰਜਾਬ ਨੂੰ ਰੋਟੀ ਖਵਾਉਂਦਾ ਪੰਜਾਬ, ਆਪਣਾ ਦੇਸ਼, ਸਾਰੇ ਦੇਸ਼ ਨੂੰ ਪੰਜਾਬ ਰੋਟੀ ਖਵਾਉਂਦਾ। ਹੁਣ ਵੀ ਅੱਜ ਮੈਂ ਸਵੇਰੇ ਪਾਤਾ ਵੀ ਭਾਈ 518 ਨੌਕਰੀਆਂ, ਮੈਂ ਤੁਸੀਂ ਪੜ੍ਹ ਲਿਆ ਹੋਣਾ ਨਾ ਫੇਸਬੁੱਕ 'ਤੇ, ਪੇਜ ਥੱਲੇ ਕਰਾਇਆ ਪੰਜਾਬੀ ਕਿੰਨੇ 'ਚੋਂ ਬਾਹਰਲੇ ਹੋਣੇ ਸਾਰੇ, 518 'ਚੋਂ 512 ਪੰਜਾਬੀ ਨੇ ਅੱਜ ਤੁਸੀਂ। ਔਰ ਜਿਹੜੇ 5-6 ਹੈਗੇ ਨੇ ਉਹ ਹਰਿਆਣੇ ਦੇ ਨੇ, ਇੱਕ ਹਿਮਾਚਲ ਦੇ, ਇੱਕ ਚੰਡੀਗੜ੍ਹ ਦੇ, ਉਹ ਵੀ ਪੰਜਾਬੀ ਨੇ, ਪੰਜਾਬੀ ਦਾ ਟੈਸਟ ਪਾਸ ਕਰਕੇ ਆਏ ਨੇ। ਇੱਥੇ ਤਾਂ ਦੇਖੋ ਕੈਨੇਡਾ, ਅਮਰੀਕਾ, ਕਿਤੇ ਸਵਿਟਜ਼ਰਲੈਂਡ ਜਾਂ ਕਿਤੇ ਜਰਮਨੀ 'ਚ ਆਪਣਾ ਕੋਈ ਮੁੰਡਾ ਜਾਂ ਕੁੜੀ ਪੁਲਿਸ 'ਚ ਭਰਤੀ ਹੋ ਜੇ, ਉਹ ਆਪਾਂ ਸੋਸ਼ਲ ਮੀਡੀਆ 'ਤੇ ਵਾਹ 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 ਚੱਕਦੇ, ਫਟੇ ਮਿਲ ਗਈ ਨੌਕਰੀਆਂ, ਕਰਤਾ ਉੱਚਾ ਸਿਰ ਪੰਜਾਬੀਆਂ ਦਾ। ਜੇ ਇੱਥੇ ਕਿਸੇ ਚੰਡੀਗੜ੍ਹ ਨੇ ਹਰਿਆਣੇ ਵਾਲੀ ਨੌਕਰੀ ਦਿੱਤੀ, ਇਹ ਤਾਂ ਲਟਾਤਾ ਜੀ, ਪੰਜਾਬ ਲਟਾਤਾ ਜੀ, ਲਟਾ ਐਂ ਨਾ ਕਰੋ, ਐਂ ਨਾ ਕਰੋ ਯਾਰ, ਐਂ ਨਾ ਕਰੋ। ਆਪਾਂ ਤਾਂ ਬੰਧਣ ਵਾਲੇ ਹਾਂ। ਗੁਰੂ ਸਾਹਿਬ ਨੇ ਆਪਾਂ ਨੂੰ ਇਹ ਪ੍ਰੇਰਣਾ ਦਿੱਤੀ ਹੈ ਕਿ ਦੂਜਿਆਂ ਦੇ ਹੱਕਾਂ ਦੀ ਰਾਖੀ ਵੀ ਕਰੋ, ਦੂਜਿਆਂ ਦੇ ਹੱਕਾਂ ਦੀ, ਦੂਜਿਆਂ ਦੇ ਧਰਮਾਂ ਦੀ ਰਾਖੀ ਕਰਦੇ ਸਾਡੇ ਗੁਰੂ ਸਾਹਿਬ ਸ਼ਹੀਦ ਹੋਏ ਹੋਏ ਨੇ। ਸੋ ਇਹ ਮੈਨੂੰ ਤਾਂ ਦੱਸਣਾ ਪੈ ਗਿਆ ਕਿ ਐਵੇਂ ਹੀ ਫੈਲਾਉਂਦੇ ਨੇ, ਇਹ 'ਚੋਂ 90% ਪੰਜਾਬ ਦੇ ਨਹੀਂ ਹੈਗੇ ਜੀ। ਲੈ ਅੱਛਾ, ਆਪ ਉੱਥੇ ਬੈਠੇ ਹੁੰਦੇ ਨੇ ਲਿਖਣ ਵਾਲੇ ਨੇ, ਆਪ ਉੱਥੇ ਬੈਠੇ ਹੁੰਦੇ ਨੇ। ਸੋ ਇਸ ਕਰਕੇ ਥੋੜ੍ਹਾ ਜਿਹਾ ਫਾਈਨ ਟਿਊਨਿੰਗ ਕਰਨ ਦੀ ਲੋੜ ਹੈ। ਜੇ ਕਿਸੇ ਨੂੰ ਕੋਈ ਗਲਤ ਫਹਿਮੀ ਹੈ, ਸਾਡੀਆਂ ਸਾਰੀਆਂ ਵੈਬਸਾਈਟਾਂ ਨੇ, ਸਾਡਾ ਇਨਵੈਸਟ ਪੰਜਾਬ ਦਾ ਪੋਰਟਲ ਹੈ, ਜਿਹੜੇ 'ਤੇ ਆਪਣਾ ਕੁਲਦੀਪ ਕੌਰ ਕਹਿੰਦੀ ਸੀ ਕਿ ਰਿਜ਼ਲਟ ਆਇਆ ਉਸ ਵੈਬਸਾਈਟ 'ਤੇ, ਮੈਂ ਦੇਖ ਲਿਆ। ਉੱਥੇ ਇਹ ਵੀ ਦੇਖ ਲਿਓ ਕਿ ਕੌਣ ਕੌਣ ਸੀ, ਕਿੱਥੋਂ ਕਿੱਥੋਂ, ਸਾਰੇ ਡਿਟੇਲ ਹੈ ਉਹ 'ਚ, ਸਾਰਾ ਕੁਛ ਪਾਰਦਰਸ਼ੀ ਹੈ। ਸੱਚ ਬੋਲਣ ਦਾ ਇੱਕੋ ਫਾਇਦਾ ਹੁੰਦਾ ਨਾ ਕਿ ਉਹਨੂੰ ਇੱਕ ਵਾਰੀ ਬੋਲ ਕੇ ਦੁਬਾਰਾ ਯਾਦ ਨਹੀਂ ਰੱਖਣਾ ਪੈਂਦਾ। ਜਿੱਥੇ ਬੋਲੋਗੇ ਸੱਚ ਬੋਲੋਗੇ, ਇਹਨਾਂ ਨੂੰ ਦੂਜਿਆਂ ਨੂੰ ਯਾਦ ਰੱਖਣਾ ਪੈਂਦਾ ਵੀ ਪਿਛਲੇ ਸਾਲ ਕੀ ਕਹਿ ਕੇ ਗਏ ਸੀ ਇੱਥੇ। ਬੜਾ ਕੁਛ ਹੋ ਜਾਂਦਾ, ਕੋਈ ਗੱਲ ਨਹੀਂ, ਮੈਨੂੰ ਪਹਿਲਾਂ ਹੀ ਪਤਾ ਸੀਗਾ ਵੀ ਇਹ ਹੋਊਗਾ। ਦੇਖੋ ਰੋੜੇ ਉਸੇ ਬੇਰੀ ਨੂੰ ਪੈਂਦੇ ਨੇ ਜਿਹਦੇ ਬੇਰ ਮਿੱਠੇ ਹੋਣ। ਕਦੇ ਅੱਕ ਦੇ ਰੋੜਾ ਵੱਜਿਆ ਦੇਖਿਆ ਤੁਸੀਂ, ਕੌੜਾ ਹੈ ਉਹ ਤਾਂ। ਅਤੇ ਸਾਨੂੰ ਸਾਡੇ ਗੁਰੂਆਂ ਨੇ ਕਿਹਾ ਮਿੱਠੇ ਤਾਂ ਨੀਵੀਂ ਨਾਨਕਾ ਗੁਣ 'ਚ ਗਈਆਂ ਤੱਤ, ਅਤੇ ਅਸੀਂ ਆਹ ਧਾਰਨਾ ਸੁਣ ਸੁਣ ਕੇ ਵੱਡੇ ਹੋਏ ਹਾਂ, ਫਲ ਨੀਵਿਆਂ ਰੁੱਖਾਂ ਨੂੰ ਲੱਗਦੇ, ਸਿੰਬਲਾਂ ਤੋਂ ਮਾਣ ਨਾ ਕਰੀ, ਸਹੰਕਾਰ ਨਹੀਂ ਕਰਨਾ ਚਾਹੀਦਾ। ਮੈਂ ਤੁਹਾਨੂੰ ਵੀ ਕਹਿੰਦਾ ਨੌਕਰੀ ਮਿਲ ਗਈ, ਠੀਕ ਹੈ, ਅੱਜ ਘਰੇ ਜਲੇਬੀਆਂ ਬਣਨਗੀਆਂ, ਖੁਸ਼ੀ ਹੋਊਗੀ, ਬਹੁਤ ਵਧੀਆ ਗੱਲ ਹੈ, ਰਿਸ਼ਤੇਦਾਰ ਆਉਣਗੇ, ਦੋਸਤ ਮਿੱਤਰ ਆਉਣਗੇ। ਪਰ ਜੇ ਕੋਈ ਇਹੋ ਜਿਹਾ ਵੀ ਆ ਗਿਆ ਨਾ ਤੁਹਾਡੇ ਗੁਆਂਢ 'ਚੋਂ ਜਾਂ ਗੁਆਂਢੀ ਪਿੰਡ ਤੋਂ ਕਿ ਯਾਰ ਬਾਈ ਕਿਹੜਾ ਫਾਰਮ ਭਰਿਆ ਸੀ ਅਤੇ ਇਹ ਕਿਤਾਬ ਕਿੱਥੋਂ ਮਿਲਦੀ ਹੁੰਦੀ ਹੈ ਜਿਹੜੀ ਸਿਲੇਬਸ ਵਾਲੀ ਹੈ, ਜ਼ਰੂਰ ਦੱਸਿਓ ਉਹਨੂੰ ਕਿ ਆਹ ਕਿਤਾਬ ਮਿਲਦੀ ਹੁੰਦੀ ਹੈ, ਇੱਥੋਂ ਆਹ ਪੜ੍ਹ ਲਾ, ਇੰਨੇ ਨੰਬਰ ਆ ਗਏ ਤਾਂ ਮੈਰਿਟ ਹੁੰਦੀ ਹੈ। ਕਿਉਂਕਿ ਇਹਦੇ ਨਾਲ ਤੁਹਾਨੂੰ ਵੀ ਲੱਗੂਗਾ ਕਿ ਮੈਂ ਵੀ ਇੱਕ ਨੌਕਰੀ ਬੰਦ ਪਈ ਯਾਰ,
ਮਿਹਨਤ ਉਹਨੇ ਕਰਨੀ ਅੱਗੇ। ਇਹ ਕਈ ਵਾਰੀ ਆਪਾਂ ਲੁਕਾਉਣ ਲੱਗ ਜਾਂ ਨਾ ਨਾ ਦੱਸਣਾ ਨਹੀਂ ਹੈਗਾ ਆਪਾਂ ਨਾ ਨਹੀਂ। ਤੁਸੀਂ ਦੱਸੋ ਨੌਕਰੀਆਂ ਦੀ ਸਾਡੇ ਕੋਲ ਕੋਈ ਘਾਟ ਨਹੀਂ। ਸੀਮਾ ਸਾਹਿਬ ਬੈਠੇ ਪਿਛਲੇ 22 ਮਹੀਨਿਆਂ ਤੋਂ ਵਿੱਤ ਮੰਤਰੀ ਹੈ, ਪਿਛਲੇ 22 ਮਹੀਨਿਆਂ ਤੋਂ ਮੈਂ ਮੁੱਖ ਮੰਤਰੀ ਹਾਂ। ਕਦੇ ਸਾਡੇ ਦੋਨਾਂ ਦੇ ਮੂੰਹ 'ਚ ਸੁਣੇ ਵੀ ਖਜ਼ਾਨਾ ਖਾਲੀ ਹੈ? ਇਦੋਂ ਪਹਿਲਾਂ ਵਾਲੇ ਦੇ ਮੂੰਹ 'ਚੋਂ ਕਦੇ ਸੁਣਿਆ ਸੀ ਵੀ ਖਜ਼ਾਨੇ 'ਚ ਕੁਛ ਹੈਗਾ? ਉਹ ਖਾਲੀ ਖਾਲੀ ਕਰੀਏ ਯਾਰ, ਨੌਕਰੀ ਲੈਣ ਵਾਲੇ ਖਜ਼ਾਨਾ ਖਾਲੀ ਹੈ, ਇਹ ਕਿਵੇਂ ਹੋ ਸਕਦਾ? ਨਾ ਨੌਕਰੀਆਂ ਦਿੱਤੀਆਂ, ਨਾ ਕੋਈ ਸੜਕ ਬਣਾਈ, ਨਾ ਕੋਈ ਹਸਪਤਾਲ ਬਣਾਇਆ, ਨਾ ਕੋਈ ਯੂਨੀਵਰਸਿਟੀ ਖੋਲ੍ਹੀ, ਨਾ ਕੋਈ ਕਿਸੇ ਨੂੰ ਕੋਈ ਨਵੇਂ ਓਪਰਚੁਨਿਟੀ ਦਿੱਤੀ, ਨਾ ਕੋਈ ਉਦਯੋਗ ਲਿਆਂਦਾ। ਫਿਰ ਵੀ ਪਤਾ ਨਹੀਂ ਯਾਰ, ਨਾ ਇੰਨਾ ਕਰਜ਼ਾ ਲੈ ਲਿਆ ਅਤੇ ਖਜ਼ਾਨਾ ਖਾਲੀ, ਖਜ਼ਾਨਾ ਖਾਲੀ ਕਿੱਥੇ ਹੋ ਗਿਆ? ਫਿਰ ਹੁਣ ਬਜਟ ਪੇਸ਼ ਕਰਾਂਗੇ, ਸ਼ਾਨਦਾਰ ਬਜਟ ਆਊਗਾ, ਲੋਕਾਂ ਵਾਸਤੇ ਪੈਸਾ ਰੱਖਾਂਗੇ, ਲੋਕਾਂ ਦਾ ਪੈਸਾ, ਲੋਕਾਂ ਦਾ ਪੈਸਾ, ਜੇ ਸੈਂਟਰ ਤੋਂ ਵੀ ਲੈਂਦੇ ਉਹ ਵੀ ਲੋਕਾਂ ਦਾ, ਲੜ ਲੜ ਕੇ ਲੈਣਾ ਪੈਂਦਾ ਸਾਨੂੰ ਉਹਨਾਂ ਨਾਲ, ਕਦੇ GST ਵਾਰੀ, ਕਦੇ NHM ਦਾ, ਹਜੇ ਪੈਸਾ ਖੜਾ ਰੂਰਲ ਡਿਵੈਲਪਮੈਂਟ ਫੰਡ ਦਾ, ਲੜ ਲੜ ਕੇ ਲੈਣਾ ਪੈਂਦਾ। ਪਰ ਕਿਉਂਕਿ ਸਾਡਾ ਹੱਕ ਹੈ, ਉਹ ਸਾਡਾ ਪੈਸਾ, ਉਹ ਸਾਡਾ ਤੁਹਾਡਾ ਟੈਕਸ ਦਿੰਦੇ ਹੋ ਤੁਸੀਂ। ਤੁਸੀਂ ਸੋਚੋ ਲੈ ਮੈਨੂੰ ਤਾਂ ਇਹ ਨੌਕਰੀ ਵੀ ਨਹੀਂ, ਬੇਰੁਜ਼ਗਾਰ ਬੰਦੇ ਹਾਂ, ਅਸੀਂ ਕਿੱਥੋਂ ਟੈਕਸ ਦਿੰਦੇ ਹਾਂ? ਮੈਂ ਦੱਸ ਦਿੰਦਾ ਕਦੋਂ ਟੈਕਸ ਦਿੰਦੇ ਹਾਂ, ਸਵੇਰੇ ਉੱਠਦੇ ਹਾਂ, ਗੁਰਦੁਆਰਾ ਸਾਹਿਬ 'ਚ ਅਨਾਊਂਸਮੈਂਟ ਹੁੰਦੀ ਹੈ ਭਾਈ ਅੰਮ੍ਰਿਤ ਵੇਲਾ ਹੋ ਗਿਆ, ਉੱਠੋ ਭਾਈ, ਇਸ਼ਨਾਨ ਕਰੋ, ਨਾਮ ਜਪੋ, ਚਾਹ ਧਰਦੇ ਹਾਂ। ਜੇ ਸਿੱਖਾਂ ਦੀ ਡੱਬੀ ਹੈ ਤਾਂ ਡੱਬੀ, ਅਤੇ ਜੇ ਗੈਸ ਵਾਲਾ ਚੁੱਲ੍ਹਾ ਤਾਂ ਜਦੋਂ ਲਾਈਟਰ ਦਾ ਦੱਬਤੀ ਸੁੱਚ, ਟੈਕਸ ਸ਼ੁਰੂ, ਕਿਉਂਕਿ ਮਾਚਸਾ ਲੈਣ ਜਾਓਗੇ ਤਾਂ ਉਹਦੇ ਟੈਕਸ ਹੈ। ਫਿਰ ਪਾਣੀ ਪਾ ਲਿਆ ਪਤੀਲੇ 'ਚ, ਪੱਤੀ ਪਾਤੀ, ਟੈਕਸ, ਖੰਡ ਪਾਤੀ, ਟੈਕਸ, ਦੁੱਧ ਪਾਤਾ, ਟੈਕਸ, ਉਹ ਤੋਂ ਬਾਅਦ ਆਟਾ, ਟੈਕਸ, ਸਬਜ਼ੀਆਂ, ਟੈਕਸ, ਫੋਨ ਕਰ ਲਿਆ ਕਿਸੇ ਦੋਸਤ ਨੂੰ, ਟੈਕਸ, ਮੋਟਰਸਾਈਕਲ ਸ਼ਹਿਰ ਨੂੰ ਚਲੇ ਗਏ, ਟੈਕਸ, ਪੈਟਰੋਲ 'ਤੇ, ਡੀਜ਼ਲ 'ਤੇ, ਉੱਥੋਂ ਕੁਛ ਵੀ ਖਰੀਦ ਕੇ ਲਿਆਏ, ਟੈਕਸ, ਸ਼ਾਮ ਨੂੰ ਆ ਕੇ ਰੋਟੀ ਖਾਧੀ, ਟੈਕਸ, ਸ਼ਾਮ ਨੂੰ ਪੱਖੇ ਥੱਲੇ ਬਿਸਤਰਾ ਵਿਛਾ ਕੇ ਸੋਚਦੇ ਹੋਗੇ ਲੈ ਵੀ ਹੁਣ ਨਹੀਂ ਟੈਕਸ ਕੋਈ, ਕਿਉਂ ਬਈ ਪੱਖਾ ਚੱਲ ਰਿਹਾ, ਟੈਕਸ, ਬਿਜਲੀ 24 ਘੰਟੇ ਟੈਕਸ ਦੇਈ ਜਾਂਦਾ ਬੰਦਾ, ਤਾਂ ਆਮ ਬੰਦਾ ਤਾਂ 24 ਘੰਟੇ ਟੈਕਸ ਦੇਈ ਜਾਂਦਾ ਜੀ। ਫਿਰ ਸਵੇਰੇ ਉੱਠਣਾ ਇੱਕੋ ਗੱਲ ਹੋ ਗਈ ਨਾ, ਹੋ ਗਏ ਨਾ 24 ਘੰਟੇ। ਸੋ ਤੁਹਾਡੇ ਟੈਕਸ ਦਾ ਪੈਸਾ ਤੁਹਾਨੂੰ ਹੀ ਕਿਉਂ ਨਾ ਮਿਲੇ ਬਈ? ਆਹੀ ਸਾਡੀ ਲੜਾਈ ਹੈ ਅਰਵਿੰਦ ਕੇਜਰੀਵਾਲ ਸਾਹਿਬ ਦੀ, ਮੇਰੀ, ਸਾਡੀ ਆਹ ਲੜਾਈ ਕਿ ਲੋਕਾਂ ਦਾ ਪੈਸਾ ਲੋਕਾਂ ਨੂੰ ਜੋ ਦਿੰਦੇ ਹਾਂ ਇਹਨੂੰ ਤੁਸੀਂ ਰੇਵੜੀਆਂ ਕਿਉਂ ਕਹਿੰਦੇ ਹੋ? ਫ੍ਰੀ 'ਚ ਵੰਡੀ ਜਾਂਦੇ ਆ, ਕਿਉਂ ਬਈ? ਲੀਡਰਾਂ ਨੂੰ ਕਿੰਨਾ ਕੁਛ ਫ੍ਰੀ ਹੈ, ਬਿਜਲੀ 'ਚ ਕਿੰਨੇ ਜੁੰਟ ਫ੍ਰੀ ਨੇ, MPਆਂ ਨੂੰ, MLAਆਂ ਨੂੰ ਤੇਲ ਫ੍ਰੀ ਹੈ, ਤੁਸੀਂ ਉਹਨਾਂ ਨੂੰ ਫ੍ਰੀ ਹੈ ਜੀ? ਅਸੀਂ ਲੋਕਾਂ ਨੂੰ ਕਰਤੀ 300 ਯੂਨਿਟ ਬਿਜਲੀ ਫ੍ਰੀ, ਕਹਿੰਦੇ ਫ੍ਰੀ ਹੈ ਜੀ, ਤਾਂ ਰੇਵੜੀਆਂ ਵੰਡੀ ਜਾਂਦੇ ਮੁਫ਼ਤ ਦੇ ਦਾ। ਬਈ ਅਸੀਂ ਪਲੈਨਿੰਗਾਂ ਬਣਾ ਲਈਆਂ, ਅਸੀਂ ਲੀਕੇਜ ਬੰਦ ਕਰਤੀ, ਜਿਹੜੀ ਪਹਿਲਾਂ ਇੱਧਰ ਉੱਧਰ ਪੈਸਾ ਜਾਂਦਾ ਸੀ ਸਿੱਧਾ ਖਜ਼ਾਨੇ 'ਚ ਆਉਂਦਾ ਪੈਸਾ, ਖਜ਼ਾਨੇ ਦਾ ਮੂੰਹ ਤੁਹਾਡੇ ਵੀ ਨਹੀਂ ਕਰਤਾ। ਹੋਰ ਅਸੀਂ ਕੀ ਕੀਤਾ ਸੀ? ਕਿਹੜਾ ਨੋਟ ਛਾਪਣ ਵਾਲੀ ਮਸ਼ੀਨ ਲੈ ਆਏ, ਇੱਕ ਸਾਲ 'ਚ, ਹਜੇ ਸਾਲ ਹੋਇਆ ਨਹੀਂ, 2 ਸਾਲ ਹੋਏ ਨਹੀਂ, 40-42 ਹਜ਼ਾਰ ਨੌਕਰੀਆਂ ਹੋ ਗਈਆਂ। ਅਸੀਂ ਕਿਹੜਾ ਕੋਈ ਕੋਈ ਨਕਲੀ ਨੌਕਰੀਆਂ ਦੇ ਰਹੇ ਤੁਹਾਨੂੰ, ਕਿਉਂਕਿ ਪੈਸਾ ਸਾਡੇ ਕੋਲ ਹੈਗਾ ਤੁਹਾਨੂੰ ਤਨਖਾਹ ਦੇਣ ਨੂੰ, ਸਾਰਾ ਹਿਸਾਬ ਕਿਤਾਬ ਲਾ ਕੇ ਤੁਹਾਡੇ ਕੋਲ ਨਿਯੁਕਤੀ ਪੱਤਰ ਬਣਾਉਣਾ ਵੀ ਕਿੰਨੇ ਪੈਸੇ ਟੈਕਸ ਜਾਣਗੇ ਇਹਨਾਂ ਦੀ ਤਨਖਾਹ 'ਤੇ, ਕਿੰਨੇ ਭੱਤੇ ਹੋਣਗੇ, ਕਿੰਨੇ ਵਧਾਉਣੇ ਨੇ, ਕਿੰਨੇ ਕੱਚਿਆਂ ਨੂੰ ਪੱਕੇ ਕਿੰਨੇ ਕੀਤੇ, ਅਧਿਆਪਕ ਕੀਤੇ 14,000, ਹਰ ਰੋਜ਼ ਨੌਕਰੀਆਂ ਮਿਲ ਰਹੀਆਂ। ਆਮ ਮੁਹੱਲਾ ਕਲੀਨਿਕ, ਜਿਹੜੇ ਆਮ ਆਦਮੀ ਕਲੀਨਿਕ ਖੋਲ੍ਹੇ ਨੇ ਪਿੰਡਾਂ 'ਚ, ਸ਼ਾਇਦ ਤੁਹਾਡੇ ਨੇੜੇ ਤੇੜੇ ਕਿਤੇ ਹੋਵੇ, 664 ਨੇ ਅੱਜ ਹੁਣੇ ਮੈਨੂੰ, ਸਪੀਚ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਫੋਨ ਚੈੱਕ ਕਰ ਰਿਹਾ ਸੀ, ਹੁਣੇ ਮੈਨੂੰ ਮੈਸੇਜ ਆਇਆ, ਅੱਜ 1 ਕਰੋੜ ਬੰਦਾ ਉਹਨਾਂ ਆਮ ਆਦਮੀ ਕਲੀਨਿਕਾਂ ਦੇ ਵਿੱਚੋਂ ਦਵਾਈ ਲੈ ਕੇ ਠੀਕ ਹੋ ਕੇ ਚਲਾ ਗਿਆ, 1 ਕਰੋੜ ਆ ਜੁੜਿਆ, 150 ਕਲੀਨਿਕ ਹੋਰ ਤਿਆਰ ਨੇ, ਆ 2-4 ਦਿਨਾਂ ਤੱਕ ਉਹਨਾਂ ਨੂੰ ਵੀ ਓਪਨ ਕਰ ਦਾਂਗੇ। ਕਿੰਨੇ 13 ਸਕੂਲ ਆਫ ਫੈਮੀਨੈਂਸ ਤਿਆਰ ਨੇ, ਬਸ ਥੋੜ੍ਹਾ ਬਹੁਤ ਕੰਮ ਰਹਿੰਦਾ, 20 ਫਰਵਰੀ ਤੱਕ ਮੈਨੂੰ ਸਿੱਖਿਆ ਮੰਤਰੀ ਸਾਹਿਬ ਨੇ ਕਿਹਾ 20 ਫਰਵਰੀ ਤੱਕ ਜਦੋਂ ਮਰਜ਼ੀ ਉਹਨਾਂ ਦਾ ਉਦਘਾਟਨ ਕਰ ਦਿਓ। ਹੁਣ ਸਕੂਲਾਂ ਦੇ ਉਦਘਾਟਨ ਹੋ ਰਹੇ ਨੇ, ਹੁਣ ਹਸਪਤਾਲਾਂ ਦੇ ਉਦਘਾਟਨ ਹੋ ਰਹੇ ਨੇ, ਹੁਣ ਸਭ ਤਹਿਸੀਲਾਂ ਨਵੀਆਂ ਬਣ ਰਹੀਆਂ ਨੇ, ਹੁਣ ਮੈਡੀਕਲ ਕਾਲਜਾਂ ਦੇ ਉਦਘਾਟਨ ਹੋ ਰਹੇ ਨੇ, ਬਦਲ ਗਿਆ, ਇਹ ਤਾਂ ਹੋ ਰਹੇ ਨੇ ਕਿਉਂਕਿ ਤੁਸੀਂ ਇਮਾਨਦਾਰ ਲੋਕ ਚੁਣ ਲਏ। ਹਾਂ, ਘਾਟਾ ਹੋਣਗੇ ਸਾਡੇ 'ਚ ਵੀ, ਅਸੀਂ ਵੀ ਇਨਸਾਨ ਹੀ ਹਾਂ, ਸਾਨੂੰ ਦੱਸ ਦਿਓ
ਜਿੱਥੇ ਘਾਟ ਕੋਈ ਘਾਟ ਰਹਿ ਗਈ ਜਾਂ ਕੋਈ ਗਲਤੀ ਹੋਈ ਸਾਨੂੰ ਦੱਸੋ ਕਿ ਇੱਥੇ ਗਲਤੀ ਹੋਈ, ਅਸੀਂ ਠੀਕ ਕਰ ਲਾਂਗੇ। ਜਿਹਨੇ ਕੋਈ ਗਲਤੀ ਨਹੀਂ ਕੀਤੀ ਇਹਦਾ ਮਤਲਬ ਕਿ ਉਹਨੇ ਕੋਈ ਕੰਮ ਵੀ ਨਹੀਂ ਕੀਤਾ ਫਿਰ। ਪਰ ਜਿਹੜਾ ਲੀਡਰ ਹੈ ਜਾਂ ਜਿਹੜਾ ਚੀਫ ਮਿਨਿਸਟਰ ਹੈ ਉਹ ਟੀਚਰ ਵਰਗਾ ਹੋਣਾ ਚਾਹੀਦਾ। ਟੀਚਰ ਕੀ ਕਰਦਾ? ਟੀਚਰ ਆਉਣ ਸਾਰ ਜੇ ਬੱਚਿਆਂ ਨੂੰ ਪੁੱਛ ਲਈ, ਹਾਂਜੀ ਬੱਚੋ ਅੱਜ ਕੀ ਕਰਨਾ? ਬੱਚੇ ਕਹਿਣਗੇ ਪਿਕਨਿਕ ਜੀ। ਅਗਲੇ ਦਿਨ ਫਿਰ ਪੁੱਛੋ ਪਿਕਨਿਕ ਜੀ ਕੱਲ੍ਹ ਬਹੁਤ ਵਧੀਆ ਸੀ ਜੀ। ਉਹ ਤਾਂ ਬੱਚੇ ਤਾਂ ਕਹਿੰਦੇ ਨਹੀਂ ਵੀ ਪੜ੍ਹਨਾ। ਫਿਰ ਟੀਚਰ ਆ ਕੇ ਕਹਿੰਦੇ ਨਹੀਂ ਕਿਤਾਬਾਂ ਕਢੋ, ਮੈਥ ਅੱਜ ਮੈਥ ਦਾ ਪੀਰੀਅਡ ਲਾਈਏ, ਚਲੋ ਅੱਜ ਸਾਇੰਸ ਦਾ ਲਾਈਏ। ਸੋ ਟੀਚਰ ਬਣ ਕੇ ਆਪਣੀ ਜਨਤਾ ਦੀ ਸੇਵਾ ਕਰਨੀ ਪਊਗੀ। ਫਿਰ ਉਸੇ ਟੀਚਰ ਨੂੰ ਆਪਾਂ ਬਾਅਦ 'ਚ ਯਾਦ ਕਰਦੇ ਹਾਂ ਕਿ ਯਾਰ ਕੁੱਟਦਾ ਤਾਂ ਹੁੰਦਾ ਸੀ, ਥੋੜ੍ਹਾ ਜਿਹਾ ਬੋਲਦਾ ਵੀ ਥੋੜ੍ਹਾ ਜਿਹਾ ਕੌੜਾ ਸੀ, ਪਰ ਉਹਦੇ ਪੜ੍ਹਾਏ ਹੋਏ ਅੱਜ ਕੰਮ ਆ ਰਹੇ ਦੇਖ ਲਿਓ। ਔਰ ਜਿਹੜਾ ਟੀਚਰ ਹੱਸਦੇ ਹੱਸਦੇ ਗੱਲਾਂ ਜਿਹਾ 'ਚ ਪੜ੍ਹਾ ਜਾਂਦਾ, ਸਭ ਤੋਂ ਵੱਧ ਅਟੈਂਡੈਂਸ ਉਹਦੇ ਪੀਰੀਅਡ 'ਚ ਹੁੰਦੀ ਹੈ, ਕਿਉਂਕਿ ਉਹ ਤੋਂ ਡਰ ਨਹੀਂ ਲੱਗਦਾ ਬਜ਼ੁਰਗ ਗੱਲਾਂ 'ਚ। ਨਾਲੇ ਹਰੇਕ ਦੇ ਇੱਦਾਂ ਹੋਊਗਾ ਵੀ ਸਾਡਾ ਇੱਕ ਟੀਚਰ ਸੀ, ਨਾਲੇ ਤੁਹਾਨੂੰ ਹਸਾ ਦਿੰਦਾ ਸੀ, ਨਾਲੇ ਨਾਲੇ ਪੜ੍ਹਾ ਦਿੰਦਾ ਸੀ। ਹੱਸਣ ਖੇਡਣ ਮਨ ਕਾ ਚਾਓ। ਸੋ ਇਸ ਕਰਕੇ ਪੰਜਾਬੀ ਤਾਂ ਵੈਸੇ ਹੀ ਖੁਸ਼ ਦਿਲ, ਹੱਸਣ ਖੇਡਣ ਵਾਲੇ, ਭੰਗੜੇ ਗਿੱਧੇ ਪਾਉਣ ਵਾਲੇ ਮੰਨੇ ਹੋਏ ਆਪਾਂ ਤਾਂ। ਆਪਾਂ ਕਿਉਂ ਉਦਾਸ ਹੋ ਗਏ ਯਾਰ? ਚਾਰ ਪੰਜ ਬੰਦਿਆਂ ਨੇ ਉਦਾਸ ਕਰਤੇ ਆਪਾਂ ਨੂੰ, ਚਾਰ ਪੰਜ ਬੰਦਿਆਂ ਨੇ ਬਸ। ਪਿਛਲੇ 20 ਸਾਲ ਤੋਂ ਤਾਂ ਉਹਨਾਂ ਦੀ ਰਾਹ ਸੀ, ਚਾਹੇ ਪਹਿਲੇ 20 ਲਾ ਲਈਏ ਇਕੱਲੇ, 2002 ਤੋਂ 2022 ਤੱਕ 20 ਸਾਲ ਤਾਂ ਦੋ ਬੰਦਿਆਂ ਦੀ ਰਾਹ ਸੀ, ਕੈਪਟਨ ਤੇ ਬਾਦਲ। ਉਹਨਾਂ ਨਾਲ ਇੱਕ ਉਹਨਾਂ ਨਾਲ ਸੀ, ਉਹਦੇ ਇੱਕ ਤਾਂ ਮੁੰਡਾ, ਇੱਕ ਦੀ ਪਤਾ ਨਹੀਂ ਕੀ ਲੱਗਦੀ ਸੀ, ਚਾਰ ਜਾਣੀ ਸੀਗੇ, ਚਾਰ ਜਾਣੇ ਨੇ ਯਾਰ 20 ਸਾਲ ਲੋਕਾਂ ਦੇ ਚਿਹਰਿਆਂ ਤੋਂ ਨੂਰ ਹੀ ਉਡਾ ਕੇ ਰੱਖਤਾ, ਸੱਤਾਂ ਚੜਾਉਣ ਕਾ ਮੁੱਕ ਗਿਆ, ਲੋਕ ਬਾਹਰ ਨੂੰ ਭੱਜਣ ਲੱਗ ਗਏ, ਯਾਰ ਕਰੀਏ ਕੀ, ਹਟਦੇ ਹੀ ਨਹੀਂ ਹੈਗੇ ਯਾਰ, ਵਾਰੀ ਵਾਰੀਆਂ ਬੰਨ ਰੱਖੀਆਂ ਨੇ, 5 ਸਾਲ ਤੂੰ 5 ਸਾਲ ਮੈਂ, ਹੁਣ ਉਹ ਅੱਜ ਪੰਜਾਬ ਬਚਾਓ ਯਾਤਰਾ ਤੇ ਨਿਕਲ ਪਿਆ। ਜਿਨ੍ਹਾਂ ਨੇ ਪੰਜਾਬ ਡੋਬਿਆ ਉਹ ਪੰਜਾਬ ਬਚਾਓ ਯਾਤਰਾ ਕਰੀ ਜਾਂਦੇ, ਕਿਤੋਂ ਬਚਾਈਏ ਭਾਈ, ਦੱਸੋ ਤਾਂ ਸਹੀ, ਲੁੱਟਿਆ ਤੁਸੀਂ ਹੈ। ਸੋ ਇਹ ਗੱਲਾਂ ਵੱਲ ਵੀ ਧਿਆਨ ਦਿਆ ਕਰੋ। ਆਪਾਂ ਹਰ ਗੱਲ 'ਤੇ ਕਹਿੰਦੇ ਛੱਡ ਪਰੇ ਰਾਜਨੀਤੀ, ਆਪਾਂ ਨੇ ਕੀ ਲੈਣਾ? ਨਾ, ਕਿਉਂ ਨਹੀਂ ਲੈਣਾ ਬਾਈ? ਜਦੋਂ ਰਾਜਨੀਤੀ ਤੁਹਾਡੇ ਚੁੱਲ੍ਹਿਆਂ ਤੱਕ ਆ ਗਈ, ਤੁਹਾਡੇ ਚੁੱਲ੍ਹਿਆਂ ਦੀ ਅੱਗ ਰਾਜਨੀਤੀ ਡਿਸਾਈਡ ਕਰ ਰਹੀ ਹੈ, ਤਾਂ ਤੁਸੀਂ ਫਿਰ ਰਾਜਨੀਤੀ ਨੂੰ ਐਂ ਕਿਉਂ ਕਹਿੰਦੇ ਨਾ ਵੀ ਅਸੀਂ ਕੀ ਲੈਣਾ? ਚੰਗੇ ਮਾੜੇ ਦੀ ਪਛਾਣ ਕਰੋ ਉੱਥੇ। ਮੈਂ ਗੱਲ MP ਵੇਲੇ ਵੀ ਬੋਲਦਾ ਰਿਹਾ ਮੈਂ, ਜਦੋਂ ਅੱਜ ਤੁਹਾਨੂੰ ਨੌਕਰੀਆਂ ਮਿਲ ਰਹੀਆਂ ਨੇ ਜਿਹਦੇ 'ਚ ਕੋਈ ਰਾਜਨੀਤੀ ਆ ਜਾਂਦੀ ਗਲਤ, ਸ਼ਾਇਦ ਅੱਧਿਆਂ ਨੂੰ ਨਹੀਂ ਮਿਲਦੀਆਂ ਅੱਜ, ਫਿਰ ਮਤਲਬ ਸਹੀ ਰਾਜਨੀਤੀ ਜੀ ਅੱਗੇ ਆਈ ਹੋਈ ਹੈ, ਤਾਂ ਫਿਰ ਤੁਹਾਡਾ ਅੱਜ ਖੁਸ਼ੀਆਂ ਦਿਨ ਹੈ ਨਾ। ਸੋ ਇਸ ਕਰਕੇ ਜੇ ਭਗਤ ਸਿੰਘ ਜੀ ਕਹਿ ਦਿੰਦੇ, ਕਰਤਾਰ ਸਿੰਘ ਸਰਾਭਾ ਸਾਹਿਬ ਕਹਿ ਦਿੰਦੇ ਕਿ ਆਪਾਂ ਨੇ ਕੀ ਲੈਣਾ, ਉਹ ਕਿਹੜਾ ਆਮ ਘਰਾਂ ਦੇ ਮੁੰਡੇ ਸੀ ਜੀ, ਬਹੁਤ ਵੱਡੇ ਕਹਿੰਦੇ ਕੌਣ ਦੇ ਘਰਾਂ ਦੇ ਮੁੰਡੇ ਸੀ ਭਗਤ ਸਿੰਘ ਹੋਰੀ, ਕਰਤਾਰ ਸਿੰਘ ਸਰਾਭਾ ਪਿੰਡ ਹੈ ਜੀ ਲੁਧਿਆਣੇ ਦੀਆਂ ਜੜਾਂ 'ਚ, 350 ਏਕੜ ਦਾ ਮਾਲਕ ਸੀ, ਉਸ ਵੇਲੇ ਬਰਕਲੇ ਯੂਨੀਵਰਸਿਟੀ 'ਚ ਪਾਇਲਟ ਦਾ ਕੋਰਸ ਕਰਨ ਗਿਆ ਸੀ, ਪਾਇਲਟ ਦਾ, 19 ਸਾਲ ਦੀ ਉਮਰ 'ਚ ਫਾਂਸੀ ਹੋ ਗਈ ਜੀ। ਜੋ ਕਹਿੰਦਾ ਮੇਰੇ ਕੋਲ ਜ਼ਮੀਨ ਹੈ, ਅੱਜ ਤਾਂ ਉਹਦੀ ਕੀਮਤ ਹੀ ਜ਼ੀਰੋਆਂ ਲਿਖਦੀ ਥੱਕ ਜਾਊਂਗੇ, ਇੰਨੀ ਕੀਮਤ ਉੱਥੇ, ਅਤੇ ਪਾਇਲਟ ਬਣ ਚੱਲਿਆ, ਅਤੇ ਮੈਨੂੰ ਕੀ ਲੋੜ ਹੈ ਦੇਸ਼ ਵਾਸਤੇ? ਪਰ ਉਹਨਾਂ ਨੇ ਲਿਖਿਆ ਸੀ ਫਿਰ, ਜਿਹਨੂੰ ਭਗਤ ਸਿੰਘ ਜੀ ਹਮੇਸ਼ਾ ਜੇਬ 'ਚ ਪਾ ਕੇ ਰੱਖਦੇ ਸੀਗੇ, ਉਹਦੀ ਫੋਟੋ ਦੇ ਪਿੱਛੇ ਲਿਖ ਕੇ, ਕਰਤਾਰ ਸਿੰਘ ਸਰਾਭਾ ਸਾਹਿਬ ਦੀ ਫੋਟੋ ਦੇ ਪਿੱਛੇ ਲਿਖ ਕੇ ਭਗਤ ਸਿੰਘ ਇਹ ਲਿਖ ਕੇ ਰੱਖਦੇ ਸੀ, ਸੇਵਾ ਦੇਸ਼ ਦੀ ਜਿੰਦੜੀ ਹੈ, ਬੜੀ ਔਖੀ ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ, ਜਿਹਨਾਂ ਦੇਸ਼ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਚੱਲੀਆਂ ਨੇ। ਕਲਾਕਾਰੀ 'ਚ ਜਿਵੇਂ ਮੈਂ ਕਲਾਕਾਰੀ 'ਚ ਹੁੰਦਾ ਨਾ, ਆਹ ਸਾਰੇ ਜਿਹੜੇ ਮੈਨੂੰ ਗਾਲਾਂ ਕੱਢਦੇ ਨੇ ਨਾ, ਸਾਰੇ ਕਹਿੰਦੇ ਕਮਾਲ ਦਾ ਕਲਾਕਾਰ ਹੈ, ਇਹ ਬੰਦਾ ਬਹੁਤ ਗ੍ਰੇਟ ਹੈ, ਕਿਉਂਕਿ ਮੈਂ ਉਹਨਾਂ ਦੀਆਂ ਕੁਰਸੀਆਂ ਨੂੰ ਪਾਇਆ ਨਿਕਲਿਆ, ਕਹਿੰਦੇ ਬਹੁਤ ਵੱਡਾ ਮਾੜਾ ਵੀ, ਇਹ ਤਾਂ ਬਹੁਤ ਮਾੜਾ ਬੰਦਾ ਵੀ, ਹੱਦ ਹੈ ਯਾਰ, ਕੀ ਨੁਕਸਾਨ ਕਰਤਾ ਮੈਨੂੰ ਦੱਸ ਤਾਂ ਦਿਓ। ਨੌਕਰੀਆਂ ਦੇਈ ਜਾਂਦੇ ਹਾਂ, ਹਸਪਤਾਲ ਖੋਲੀ ਜਾਂਦੇ ਹਾਂ ਜਿਹੜੇ ਪੁਰਾਣੇ, ਔਰ ਇੱਕ ਹੋਰ 26 ਜਨਵਰੀ ਤੋਂ ਲਾਗੂ ਕਰਤਾ ਸੀ, ਪੰਜਾਬ ਦੇ ਕਿਸੇ ਵੀ ਸਰਕਾਰੀ ਹਸਪਤਾਲ ਦੇ ਵਿੱਚ ਕੋਈ ਵੀ ਦਵਾਈ ਮਰੀਜ਼ ਨੂੰ ਬਾਹਰੋਂ ਲੈ ਕੇ ਜਾਣ ਦੀ ਪਰਚੀ ਤੇ ਨਹੀਂ ਲਿਖੀ ਜਾਊਗੀ। ਜੇ ਉਹ ਦਵਾਈ ਨਹੀਂ ਹੈਗੀ, ਡਾਕਟਰ ਬਾਹਰੋਂ ਖਰੀਦ ਕੇ ਲਿਆਊਗਾ, ਸਰਕਾਰ ਉਹਨੂੰ ਪੈਸੇ ਦੇਊਗੀ, ਪਰ ਮਰੀਜ਼ ਨਹੀਂ ਜਾਊਗਾ। ਐਕਸਰੇ, ਅਲਟਰਾਸਾਊਂਡ ਸਭ ਸਾਰੇ ਹਸਪਤਾਲਾਂ 'ਚ ਹੋਊਗਾ। ਸਾਡੀ ਤਾਂ ਉਮਰ ਦਾ ਹੀ ਬਹੁਤ ਫਰਕ ਪੈ ਗਿਆ ਲੀਡਰਾਂ ਨਾਲੋਂ,
ਅਸੀਂ ਤਾਂ 50-55 ਸਾਲ ਦੇ ਸਾਡੇ ਪਿੰਡਾਂ ਵੱਲ 50-55 ਸਾਲ ਦਾ ਬੰਦਾ ਮਰ ਜਾਏ, ਜਲੇਬੀਆਂ ਵੰਡਣ ਲੱਗ ਗਏ, ਕਹਿੰਦੇ ਪੋਤੇ ਦਾ ਮੂੰਹ ਦੇਖ ਕੇ ਹੁਣ ਬਹੁਤ ਹੁੰਦਾ, ਅੱਜ ਕੱਲ ਕੌਣ ਹੁੰਦਾ 50 ਦਾ? ਲੈ 50-55 ਸਾਲ ਤੇ ਅਸੀਂ ਗਿਵ ਅਪ ਕਰਤਾ ਲਾਈਫ ਨੂੰ ਇਹਨਾਂ ਦੀ ਵਜ੍ਹਾ ਨਾਲ। ਚਿੰਤਾ ਚਿਖਾ ਸਮਾਨ ਬਾਣੀ ਚ ਲਿਖਿਆ, ਚਿੰਤਾ ਖਾ ਗਈ ਸਾਨੂੰ, ਕਾਹਦੀ ਚਿੰਤਾ? ਫਿਊਚਰ ਦੀ, ਮੁੰਡੇ ਦਾ ਕੀ ਬਣੂਗਾ, ਕੁੜੀ ਦਾ ਵਿਆਹ ਕਿਵੇਂ ਕਰਾਂਗੇ, ਵਿਆਹ ਕਰ ਲਿਆ ਤਾਂ ਕਰਜ਼ਾ ਕਿਵੇਂ ਲਾਹਾਂਗੇ? ਚਿੰਤਾ ਹੀ ਖਾ ਗਈ, ਇਹ ਤੋਂ ਵੱਡਾ ਕੋਈ ਰੋਗ ਹੀ ਨਹੀਂ। ਸੋ ਅੱਜ ਮੈਂ ਤਾਂ ਤੁਹਾਡੇ ਕੋਲ ਬੋਲ ਰਿਹਾ, ਦਿਲੋਂ ਬੋਲ ਰਿਹਾ ਮੈਂ, ਕਿਉਂਕਿ ਤੁਸੀਂ ਅੱਗੇ ਜਾ ਕੇ ਕੰਮ ਕਰਨਾ, ਤੁਸੀਂ ਮੇਰੀ ਟੀਮ ਦੇ ਮੈਂਬਰ ਹੋ। ਇਕੱਲਾ ਕੋਹਲੀ ਜਾਂ ਰੋਹਿਤ ਸ਼ਰਮਾ ਕਪਤਾਨ ਹੈ ਸਾਡੇ, ਇਕੱਲੇ ਉਹਨਾਂ ਨੇ ਥੋੜ੍ਹੀ ਰਨ ਬਣਾਉਣੇ ਨੇ, ਉਹ ਤਾਂ ਕਈ ਵਾਰ ਜੀਰੋ ਤੋਂ ਵੀ ਆਉਟ ਹੋ ਜਾਂਦੇ ਨੇ। ਨਾਲ ਦੀ ਟੀਮ ਕਾਹਦੇ ਵਾਸਤੇ? ਫਿਰ ਤੁਸੀਂ ਸਾਡੀ ਟੀਮ ਦਾ ਹਿੱਸਾ ਹੋ। ਔਰ ਜਦੋਂ ਇੱਥੋਂ ਤੁਸੀਂ ਬਿਨਾਂ ਸਿਫਾਰਿਸ਼ ਤੋਂ ਅਤੇ ਬਿਨਾਂ ਪੈਸਿਆਂ ਤੋਂ ਜਾ ਰਹੇ ਹੋ, ਤਾਂ ਫਿਰ ਉੱਥੇ ਤੁਸੀਂ ਸਿਫਾਰਿਸ਼ ਜਾਂ ਪੈਸੇ ਨਾ ਕਬੂਲ ਕਰਿਓ, ਪਲੀਜ਼, ਮੇਰੀ ਬੇਨਤੀ ਹੈ। ਸਕੂਨ ਦੇਖਿਓ ਕਿੰਨਾ ਮਿਲਦਾ ਫਿਰ ਤੁਹਾਨੂੰ, ਤੁਹਾਨੂੰ ਸਕੂਨ ਮਿਲੂਗਾ ਵੀ ਹਾਂ ਯਾਰ ਅੱਜ 4-5 ਬੰਦਿਆਂ ਦਾ ਪੁੰਨ ਕਰਕੇ ਆਇਆ। ਉਹਦਾ ਕੋਈ ਮੁੱਲ ਹੀ ਨਹੀਂ, ਪੁੰਨ ਦਾ ਤਾਂ ਕੋਈ ਮੁੱਲ ਹੀ ਨਹੀਂ ਜੀ ਕਿਸੇ ਵੀ ਕਰੰਸੀ 'ਚ। ਸੋ ਜਿਹੜੇ ਵੀ ਇੱਥੇ ਆਉਂਦੇ, ਮੈਂ ਉਹਨਾਂ ਨੇ ਗੱਲ ਜ਼ਰੂਰ ਸਮਝਾਉਣਾ ਕਿ ਆਓ ਹੁਣ ਤੁਸੀਂ ਆ ਗਏ, ਪੰਜਾਬ ਸਰਕਾਰ ਦਾ ਹਿੱਸਾ ਬਣ ਗਏ, ਪਰ ਤੁਹਾਡਾ ਨਾਮ ਹਿਸਟਰੀ 'ਚ ਲਿਖਿਆ ਜਾਊਗਾ। ਅੱਜ ਤੋਂ 50-100 ਸਾਲ ਬਾਅਦ ਕਿਤੇ ਕੋਈ ਕੁਐਸਚਨ ਪੁੱਛਿਆ ਜਾਇਆ ਕਰੂਗਾ ਕਿ ਜਦੋਂ ਪੰਜਾਬ ਦੁਬਾਰਾ ਲੀਹ 'ਤੇ ਚੜਿਆ, 2022 ਤੋਂ ਲੈ ਕੇ ਜਦੋਂ ਪੰਜਾਬ ਲੀਹ 'ਤੇ ਚੜ ਰਿਹਾ ਸੀ ਤਾਂ ਉਦੋਂ ਅਫਸਰ ਕੌਣ ਸੀ ਅਤੇ ਉਹਨਾਂ ਦੇ ਸਟਾਫ ਕੌਣ ਸੀ, ਤਾਂ ਤੁਹਾਡਾ ਨਾਮ ਸੁਨਹਿਰੀ ਅੱਖਰਾਂ 'ਚ ਲਿਖਿਆ ਜਾਊਗਾ ਉਸ ਵੇਲੇ ਤੁਹਾਡਾ ਨਾਮ। ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਦਾ ਇੱਕ ਬੜਾ ਵਧੀਆ ਕਿੱਸਾ ਹੈ ਕਿ ਉਹ ਸ਼ੇਅਰ ਲਿਖਦੇ ਰਹਿੰਦੇ ਸੀ ਬਹੁਤ। ਉਹਨਾਂ ਨੇ ਲਿਖਿਆ ਕਿ ਇਸ਼ਕ ਕਰਨਾ ਸਭ ਕਾ ਪੈਦਾਇਸ਼ੀ ਹੱਕ ਹੈ, ਇਸ਼ਕ ਕਰਨਾ ਸਭ ਕਾ ਪੈਦਾਇਸ਼ੀ ਹੱਕ ਹੈ, ਕਿਉਂ ਨਾ ਇਸ ਵਾਰ ਵਤਨ ਕੀ ਸਰਜ਼ਮੀਂ ਕੋ ਮਹਿਬੂਬ ਬਣਾ ਲਿਆ ਜਾਏ। ਜਿਹੜੇ ਧਰਤੀ ਨੂੰ ਪਿਆਰ ਕਰਨ ਲੱਗ ਜਾਂਦੇ ਲੋਕ ਨਾ, ਉਹ ਫਿਰ ਵੱਡੇ ਹੁੰਦੇ ਹੋਏ, ਉਮਰ 17-23 ਬਸ, 23 ਦੀ ਉਮਰ 'ਚ ਤਾਂ ਫਾਂਸੀ ਹੋ ਗਈ, ਕੰਮ ਤਾਂ 17-22 ਤੱਕ ਕੀਤਾ, ਸਾਲ ਡੇਢ ਸਾਲ ਕੇਸ ਚੱਲੇ। ਕਿੱਡੀ ਵੱਡੀ ਸੋਚ ਸੀਗੀ 17-22 ਸਾਲ ਦਾ ਬੱਚੇ ਹੀ ਕਹਿੰਦੇ ਅੱਜ ਕੱਲ੍ਹ ਆਪਾਂ, ਜਿਸ ਉਮਰ 'ਚ ਅੱਜ ਦੇ ਨੌਜਵਾਨ 17-22 ਸਾਲ ਦੇ ਆਪਦੇ ਬਾਪੂ ਤੋਂ ਮੋਟਰਸਾਈਕਲ ਮੰਗਦੇ ਹੁੰਦੇ, ਬਾਪੂ ਮੋਟਰਸਾਈਕਲ ਲਿਆ ਨਹੀਂ ਤਾਂ ਮੈਂ ਘਰੇ ਨਹੀਂ ਪੜਦਾ ਜਾਂ ਮੈਂ ਰੁੱਸ ਕੇ ਜਾਊਂਗਾ ਭੂਆ ਕੋਲੇ। ਜਿਸ ਉਮਰ 'ਚ ਮੋਟਰਸਾਈਕਲ ਮੰਗੀ, ਉਸ ਉਮਰ 'ਚ ਭਗਤ ਸਿੰਘ ਮੁਲਕ ਮੰਗੀ ਜਾਂਦਾ ਸੀ ਗੋਰਿਆਂ ਤੋਂ ਕਿ ਮੁਲਕ ਦਿਓ ਸਾਡਾ ਜਾਓ ਭਾਜੋ, ਇੱਥੋਂ ਮੁਲਕ ਸਾਡਾ, ਅਸੀਂ ਆਪ ਡਿਸਾਈਡ ਕਰਿਆ ਕਰਾਂਗੇ। ਪਰ ਬਦਕਿਸਮਤੀ ਇਹ, ਜੋ ਭਗਤ ਸਿੰਘ ਨੇ ਲਿਖਿਆ ਸੀ, ਭਗਤ ਸਿੰਘ ਨੂੰ ਕਦੇ ਚਿੰਤਾ ਨਹੀਂ ਸੀ ਕਿ ਆਜ਼ਾਦੀ ਆਊਗੀ ਜਾਂ ਨਾ, ਉਹਨਾਂ ਆਜ਼ਾਦੀ ਤਾਂ ਆਉਣੀ ਆਉਣੀ ਹੈ, ਦੇਸ਼ ਤਾਂ ਆਜ਼ਾਦ ਹੋ ਜੂਗਾ, ਪਰ ਚਿੰਤਾ ਇਸ ਗੱਲ ਦੀ ਹੈ ਆਜ਼ਾਦੀ ਤੋਂ ਬਾਅਦ ਦੇਸ਼ ਕਿਹੜੇ ਹੱਥਾਂ 'ਚ ਆਊਗਾ, ਸਹੀ ਚਿੰਤਾ ਹੋਊਗੀ ਨਾ ਫਿਰ। ਉਹ 75 ਸਾਲਾਂ ਬਾਅਦ ਹਜੇ ਵੀ ਵੀਜ਼ੇ ਲਵਾਉਂਦੇ ਫਿਰਦੇ ਉਹਨਾਂ ਦੇ ਜਿਹਨਾਂ ਨੂੰ ਕੱਢਣ ਲਈ ਸੀ ਭਗਤ ਸਿੰਘ ਸ਼ਹੀਦ ਹੋ ਗਏ, ਦੱਸੋ ਕੀ ਖੱਟ ਲਿਆ ਜੀ ਅਸੀਂ ਫਿਰ। ਅਤੇ ਜਿਹੜੇ ਰਾਜ ਆਏ ਇੱਥੇ, ਉਹਨਾਂ ਦੇ ਉੱਥੇ ਪਾਰਕ ਨੇ, ਪਲਾਜੇ ਨੇ, ਉਹਨਾਂ ਦੀਆਂ ਪਾਰਕਿੰਗਾਂ ਨੇ, ਉਹਨਾਂ ਦੇ ਉੱਥੇ ਬੜੇ ਬੜੇ ਬਿਜ਼ਨਸ ਨੇ ਉਹਨਾਂ ਮੁਲਕਾਂ 'ਚ। ਉਹਨਾਂ ਨੇ ਕੌਣ ਲੁੱਟਿਆ? ਆਪਣੇ। ਹੋਰ ਉਹਨਾਂ ਨੇ ਕੋਈ ਸਿੰਗਾਪੁਰ ਲੁੱਟਿਆ? ਉਹਨਾਂ ਨੇ ਲੀਡਰਾਂ ਨੇ ਆਪੇ ਹੀ ਲੁੱਟੇ ਆ, ਕਿਸੇ ਨਾ ਕਿਸੇ ਤਰੀਕੇ ਲੁੱਟੇ ਗਏ ਆ ਬਸ। ਸੋਨੇ ਅਤੇ ਲੋਹੇ ਦੀ ਦੁਕਾਨ ਸੀ ਬਾਜ਼ਾਰ 'ਚ ਆਹਮੋ ਸਾਹਮਣੇ, ਸੁਨਾਰੇ ਦੀ ਅਤੇ ਲੁਹਾਰ ਦੀ ਦੁਕਾਨ ਸੀ। ਇੱਕ ਦਿਨ ਸੋਨੇ ਅਤੇ ਲੋਹੇ ਨੇ ਆਪਸ 'ਚ ਗੱਲ ਕੀਤੀ। ਸੋਨਾ ਕਹਿੰਦਾ ਯਾਰ ਲੋਹੇ ਨੂੰ, ਕਹਿੰਦਾ ਯਾਰ ਥੋੜ੍ਹਾ ਤੇਰੇ ਵੀ ਵੱਜਦਾ, ਥੋੜ੍ਹਾ ਮੇਰੇ ਵੀ ਵੱਜਦਾ, ਪਰ ਕਹਿੰਦਾ ਤੂੰ ਜ਼ਿਆਦਾ ਰੌਲਾ ਨਹੀਂ ਪਾਉਂਦਾ ਯਾਰ, ਜਦੋਂ ਤੇਰੇ ਥੋੜ੍ਹਾ ਵੱਜਦਾ ਸਾਰੇ ਬਾਜ਼ਾਰ 'ਚ ਸੁਣਦਾ ਯਾਰ, ਇੰਨੀਆਂ ਚੀਕਾਂ ਮਾਰਨ ਦੀ ਲੋੜ ਕੀ ਹੁੰਦੀ ਹੈ, ਥੋੜ੍ਹਾ ਮੇਰੇ ਵੀ ਵੱਜਦਾ, ਕਹਿੰਦਾ ਮੇਰੀ ਦੁਕਾਨ ਤੋਂ ਬਾਹਰ ਵੱਜ ਸੁਣੀ ਹੈ। ਸੋਨਾ ਕਹਿੰਦਾ, ਲੋਹਾ ਕਹਿੰਦਾ ਬਿਲਕੁਲ ਸਹੀ ਹੈ, ਥੋੜ੍ਹਾ ਤੇਰੇ ਵੀ ਵੱਜਦਾ, ਲੋਹੇ ਦਾ ਹੀ ਥੋੜ੍ਹਾ ਹੈ, ਥੋੜ੍ਹਾ ਮੇਰੇ ਵੀ ਵੱਜਦਾ, ਪਰ ਫਰਕ ਇੱਕ ਹੈ ਨਾ, ਤੇਰੇ ਲੋਹੇ ਦਾ ਥੋੜ੍ਹਾ ਵੱਜਦਾ ਉਹ ਤੇਰੇ ਲਈ ਬਗਾਨਾ ਹੈ, ਉਹ ਸ਼ਰੀਕ ਹੈ ਤੇਰਾ, ਬਗਾਨਾ ਨੇ ਤਾਂ ਕੁੱਟਣਾ ਹੀ ਹੁੰਦਾ, ਬਗਾਨਾ ਨੇ ਤਾਂ ਕੁੱਟਣਾ ਹੀ, ਅੰਗਰੇਜ਼ ਤਾਂ ਲੁੱਟਣੇ ਆਏ ਸੀ, ਉਹ ਤਾਂ ਲੁੱਟਣੀ ਹੀ ਉਹਨਾਂ ਨੇ। ਕਹਿੰਦਾ ਮੈਨੂੰ ਦੁੱਖ ਇਸ ਗੱਲ 'ਤੇ ਹੈ, ਮੇਰੀਆਂ ਚੀਕਾਂ ਤਾਂ ਜ਼ਿਆਦਾ ਨਿਕਲਦੀਆਂ ਨੇ ਕਿਉਂਕਿ ਮੈਨੂੰ ਮੇਰੇ ਆਪਣੇ ਕੁੱਟਦੇ ਆ, ਲੋਹੇ ਦਾ ਥੋੜ੍ਹਾ ਲੋਹੇ ਨੂੰ ਕੁੱਟਦੇ, ਦੁੱਖ ਇਸ ਗੱਲ ਦਾ ਨਹੀਂ ਕਿ ਅੰਗਰੇਜ਼ ਇਹਨਾਂ ਦੇ ਲੁੱਟ ਕੇ ਲੈ ਗਏ, ਦੁੱਖ ਇਸ ਗੱਲ ਦਾ ਕਿ ਸਾਨੂੰ ਆਪਣੇ ਲੁੱਟਿਆ ਬਾਅਦ 'ਚ।
ਜ਼ਿਆਦਾ ਤਾਂ ਨਹੀਂ ਹੋ ਗਿਆ ਟਾਈਮ, ਮੈਂ ਵੀ ਜਾਣਾ ਥੋੜ੍ਹਾ, ਕੋਈ ਨਹੀਂ, ਪਰ ਇਹ ਗੱਲਾਂ ਸੋਚਿਓ ਤੁਸੀਂ ਮੇਰੇ ਦੇਸ਼ ਦਾ ਭਵਿੱਖ ਹੋ, ਤੁਸੀਂ ਨੌਜਵਾਨ ਹੋ, ਭਗਤ ਸਿੰਘ ਹੋਰਾਂ ਨੂੰ ਰੀਪ੍ਰੈਜੈਂਟ ਕਰਦੇ ਹੋ, ਅਤੇ ਆਪਾਂ ਉਹਨਾਂ ਦੇ ਸੁਪਨਿਆਂ ਦੀ ਆਜ਼ਾਦੀ ਲੈ ਕੇ ਆਉਣੀ ਹੈ, ਹਜੇ ਆਈ ਨਹੀਂ ਉਹ, ਹੌਲੀ ਹੌਲੀ ਆਜੂਗੀ, ਪਰ ਕੋਈ ਉਹ ਪਾਤਰ ਸਾਹਿਬ ਨੇ ਲਿਖਿਆ ਕਿ ਕੀ ਹੋਇਆ ਜੇ ਪੱਤਝੜ ਆਈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ, ਮੈਂ ਲੱਭ ਕੇ ਲਿਆਉਣਾ ਕਿਤੋਂ ਕਲਮਾਂ, ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ, ਆਪਾਂ ਕਲਮੇ ਲੱਭ ਲਾਂਗੇ, ਫੁੱਲਾਂ ਜੋਗੀਆਂ ਜ਼ਮੀਨਾਂ ਰੱਖਿਓ, ਇਸੇ ਧਰਤੀ ਤੇ ਫੁੱਲ ਖਿੜਨਗੇ, ਇਸੇ ਧਰਤੀ ਤੇ ਭੰਗੜੇ ਪੈਣਗੇ, ਇਸੇ ਧਰਤੀ ਤੇ ਗਿੱਧੇ ਪੈਣਗੇ, ਅੱਜ ਵੀ ਪੈਣਗੇ ਤੁਹਾਡੇ ਘਰਾਂ ਚ, ਇਹ ਪੰਜਾਬ ਦੇ ਰੰਗਲੇ ਪੰਜਾਬ ਦੇ ਰੰਗ ਜਿਹੜੇ ਨੇ ਉਹ ਬੁਰਸ਼ ਤੁਹਾਡੇ ਹੱਥ ਚ ਦੇ ਦੇਣਾ, ਰੰਗ ਤੁਸੀਂ ਭਰਨੇ ਨੇ। ਲੋਕੋ ਕੋ ਅਕਸਰ ਕਹਿਤੇ ਸੁਣਾ ਹੈ ਜਿੰਦਾ ਰਹੇ ਤੋ ਫਿਰ ਮਿਲੇਂਗੇ, ਲੇਕਿਨ ਇਸ ਦਿਲ ਨੇ ਕਹਾ ਹੈ ਮਿਲਤੇ ਰਹੇ ਤੋ ਜਿੰਦਾ ਰਹੇਂਗੇ। ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਹਾਨੂੰ ਬਹੁਤ ਬਹੁਤ ਵਧਾਈਆਂ, ਤੁਸੀਂ ਇੰਨੇ ਪਿਆਰ ਸਤਿਕਾਰ ਨਾਲ ਮੈਨੂੰ ਸੁਣਿਆ, ਜਿਉਂਦੇ ਵਸਦੇ ਰਹੋ, ਤਰੱਕੀਆਂ ਦੇ ਦੀਵੇ ਔਰ ਵਿਦਿਆ ਦਾ ਚਾਨਣ ਹੋਵੇ ਹਰੇਕ ਘਰ ਚ, ਔਰ ਇਸ ਅੱਜ ਦੀ ਇਸ ਨੌਕਰੀ ਨੂੰ ਪਹਿਲੀ ਜਾਂ ਆਖਰੀ ਨਹੀਂ ਸਮਝਣਾ, ਪੜ੍ਹਨਾ, ਹੋਰ ਪੜ੍ਹਨਾ, ਵੱਡੀਆਂ ਨੌਕਰੀਆਂ ਲੈਣੀਆਂ ਨੇ, UPSC ਦੇ ਸੈਂਟਰ ਖੋਲ੍ਹ ਰਹੇ ਹਾਂ ਅਸੀਂ ਬਿਲਕੁਲ ਫ੍ਰੀ ਟੂ ਆਲ, ਸਾਰਿਆਂ ਵਾਸਤੇ 8 ਸੈਂਟਰ ਖੋਲ੍ਹਾਂਗੇ ਪੰਜਾਬ ਦੇ ਵਿੱਚ, ਅਫਸਰ ਬਣੋ, DC ਬਣੋ, SSP ਬਣੋ, ਵੱਡੇ ਵੱਡੇ ਅਫਸਰ ਬਣ ਕੇ ਤਰੱਕੀਆਂ ਕਰੋ, ਇਹੀ ਮੇਰਾ ਸੁਪਨਾ ਹੈ, ਔਰ ਮੇਰੇ ਲਈ ਇਹ ਸਭ ਤੋਂ ਵੱਡੀ, ਮੈਂ ਕਹਿੰਦਾ ਮੇਰਾ ਜਨਮ ਸਫਲ, ਭਾਵੇਂ ਅਗਲੇ ਦਿਨ ਪਰਮਾਤਮਾ ਜਾਣ ਲੈ ਲੇ ਕਿ ਕਿਹੜਾ ਪੰਜਾਬ ਲਈ ਤੇ ਚੜ੍ਹ ਜੇ, ਮੈਂ ਮੇਰਾ ਕੰਮ ਹੋਰ, ਕੋਈ ਮੈਂ ਕੋਈ ਫੋਟੋਆਂ ਖਿਚਾਉਣ ਦਾ ਚਾਹ ਨਹੀਂ, ਕਿਸੇ TV ਤੇ ਆਉਣ ਦਾ ਚਾਹ ਨਹੀਂ, ਉਹ ਤਾਂ ਨਵੇੜੀ ਬੈਠਿਆ ਸਾਰੇ, ਉਹ ਮੈਨੂੰ ਪੱਤਰਕਾਰਾਂ ਨੇ ਪੁੱਛਿਆ, ਮੈਨੂੰ ਕਹਿੰਦੇ ਆਪ ਇਤਨੀ ਉਚਾਈ ਪਰ ਚਲੇ ਗਏ, ਮੈਂ ਕਿਹਾ ਅੱਛਾ ਜੀ, ਅਗਰ ਨੀਚੇ ਆ ਗਏ ਤੋ, ਮੈਂ ਕਿਹਾ ਜੀ 40-40 ਫੁੱਟ ਡੂੰਘੇ ਬੋਰ ਦੇ ਟੋਇਆਂ 'ਚ ਆਏ ਹੋਏ ਆ ਜੀ, ਹੁਣ ਇਹ ਥੱਲੇ ਤਾਂ ਪਾਣੀ ਹੈ ਜੀ, ਹੋਰ ਇਹ ਥੱਲੇ ਕਿੱਥੇ ਚਲੇ ਜਾਵਾਂਗੇ। ਉਹ ਕਹਿੰਦੇ ਜੀ ਜਿਸ ਕੁਰਸੀ 'ਤੇ ਆਪ ਬੈਠੇ ਹੈ, ਇਸ ਕੁਰਸੀ 'ਤੇ ਬੈਠ ਕਰ ਬੜੇ ਬੜੇ ਦਾ ਦਿਮਾਗ ਖਰਾਬ ਹੋ ਜਾਂਦਾ, ਆਪਕਾ ਦਿਮਾਗ ਖਰਾਬ ਨਹੀਂ ਹੋਇਆ। ਮੈਂ ਕਿਹਾ ਜੀ ਫਰਕ ਇਹ ਹੈ, ਜੋ ਪਹਿਲੇ ਵਾਲੇ ਥੇ ਉਹ ਕੁਰਸੀ ਪਰ ਬੈਠ ਕਰ ਫੇਮਸ ਹੋਤੇ ਥੇ, ਮੈਂ ਫੇਮਸ ਹੋ ਕਰ ਕੁਰਸੀ ਪਰ ਬੈਠਾ ਹੂੰ, ਇਹੀ ਫਰਕ ਹੈ ਬਸ। ਤੁਹਾਡਾ ਪਿਆਰ, ਤੁਹਾਡਾ ਸਤਿਕਾਰ, ਤੁਹਾਡੀਆਂ ਦੁਆਵਾਂ ਹਮੇਸ਼ਾ ਨਾਲ ਰਹਿਣ, ਤਾਂ ਆਪਣੇ ਵਰਗਾ ਕੋਈ ਨਹੀਂ ਇਸ ਧਰਤੀ 'ਤੇ, ਆਪਾਂ ਨੰਬਰ 1 ਆ ਅਤੇ ਨੰਬਰ 1 ਰਹਾਂਗੇ। ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਮਿਹਰਬਾਨੀ, ਜਿਉਂਦੇ ਵਾਸਤੇ ਬਹੁਤ ਬਹੁਤ ਧੰਨਵਾਦ ਮੁੱਖ ਮੰਤਰੀ ਜੀ, ਆਪ ਜੀ ਨੇ ਬਹੁਤ ਭਾਵਪੂਰਨ ਸ਼ਬਦਾਂ ਵਿੱਚ ਸਾਡਾ ਮਾਰਗਦਰਸ਼ਨ ਕੀਤਾ। ਹੁਣ ਮੈਂ ਬੇਨਤੀ ਕਰਾਂਗਾ